ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸੰਗਤ ਜੀ, ਅੱਜ ਮਹਾਨ ਸ਼ਖਸੀਅਤ ਧੰਨ ਧੰਨ ਸੰਤ ਬਾਬਾ ਬਹਾਦਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਬਰਸੀ ਹੈ ਅੱਜ ਜੀ। ਆਪਾਂ ਉਹਨਾਂ ਦੀ ਜੀਵਨ ਤੇ ਥੋੜ੍ਹਾ ਰੋਸ਼ਨੀ ਪਾਵਾਂਗੇ ਜੀ। ਸੰਗਤ ਜੀ, ਸਤਿਗੁਰੂ ਦੀ ਅਪਾਰ ਕਿਰਪਾ ਸਦਕੇ ਇੱਕ ਐਸੇ ਗੁਰਮੁਖ ਦੇ ਜੀਵਨ ਦੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ, ਜਿਨ੍ਹਾਂ ਨੂੰ ਅਸੀਂ ਪੰਥ ਵਿੱਚ ਇੱਕ ਚਮਕਦਾ ਹੋਇਆ ਤਾਰਾ ਕਹਿ ਸਕਦੇ ਹਾਂ, ਜਿਨ੍ਹਾਂ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਬੇਅੰਤ ਬਖਸ਼ਿਸ਼ਾਂ ਪਾ ਕੇ ਸਿੱਖ ਇਤਿਹਾਸ ਦੇ ਵਿੱਚ ਇੱਕ ਅਮਿੱਟ ਛਾਪ ਨੂੰ ਛੱਡਿਆ ਹੈ। ਉਹ ਹਨ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ। ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਗੁਰਮਤਿ ਦੇ ਗਾਡੀ ਰਾਹ ਨੂੰ ਸ਼ੁਰੂ ਕੀਤਾ ਤੇ ਅੱਗੇ 8 ਸਰੂਪਾਂ ਰਾਹੀਂ ਇਸ ਗੁਰਮਤਿ ਦੇ ਗਾਡੀ ਰਾਹ ਨੂੰ ਪ੍ਰਚਾਰਿਆ ਤੇ ਬਾਣੀ ਦਾ ਪ੍ਰਚਾਰ ਕੀਤਾ ਤੇ ਮਰਿਆਦਾ ਦਾ ਪ੍ਰਚਾਰ ਕੀਤਾ। 10ਵੇਂ ਸਰੂਪ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ, ਅੰਮ੍ਰਿਤ ਦੀ ਦਾਹ ਦਿੱਤੀ, ਬਾਣਾ ਦਿੱਤਾ ਤੇ ਇੱਕ ਵਿਲੱਖਣ ਦਿੱਖ ਗੁਰੂ ਮਹਾਰਾਜ ਜੀ ਨੇ ਪ੍ਰਦਾਨ ਕੀਤੀ ਤੇ ਖਾਲਸੇ ਦੀ ਅਗਵਾਈ ਵੀ ਕੀਤੀ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਸਾਹਿਬ, ਤੇ ਉਹਨਾਂ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਜੀ ਹੋਰ ਆਦਿ ਇਹੋ ਜਿਹੇ ਬੇਅੰਤ ਗੁਰਸਿੱਖਾਂ ਨੇ ਬਿਪਤਾ ਦੇ ਸਮੇਂ ਸਿੱਖੀ ਦੇ ਬਾਣੇ ਵਿੱਚ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਲਈ ਮਹਾਨ ਕਾਰਜ ਕੀਤੇ। ਇਸ ਤੋਂ ਬਾਅਦ ਸਮਾਂ ਆਇਆ ਮਿਸਲਾਂ ਦਾ। ਮਿਸਲਾਂ ਤੋਂ ਬਾਅਦ 1799 ਈਸਵੀ ਦੀ ਵਿਸਾਖੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਹਾਰਾਜੇ ਦਾ ਖਿਤਾਬ ਮਿਲਿਆ, ਪਰ ਜਦੋਂ ਉਹ ਪੰਜਾਬ ਦੇ ਮਹਾਰਾਜਾ ਬਣੇ ਉਸ ਵੇਲੇ ਸਿੱਖਾਂ ਨੇ ਕੁਝ ਸਕੂਨ ਮਹਿਸੂਸ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਸਿੱਖਾਂ ਦੇ ਉੱਪਰ ਬੜੇ ਹਮਲੇ ਕੀਤੇ ਜਾਂਦੇ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਦੋ ਘੱਲੂਘਾਰੇ ਸਾਡੇ ਪੰਥ ਵਿੱਚ ਵਾਪਰ ਚੁੱਕੇ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਇਹੋ ਜਿਹਾ ਸਮਾਂ ਸੀ ਕਿ ਸਿੱਖਾਂ ਨੇ ਕੁਝ ਰਾਹਤ ਮਹਿਸੂਸ ਕੀਤੀ, ਪਰ ਇਹ ਵੀ ਬਹੁਤਾ ਸਮਾਂ ਨਾ ਰਹਿ ਸਕੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ 1799 ਵਿੱਚ ਰਾਜਾ ਬਣੇ ਤੇ 1839 ਈਸਵੀ ਵਿੱਚ ਚਲਾਣਾ ਵੀ ਕਰ ਗਏ। ਕੇਵਲ 40 ਸਾਲ ਦਾ ਸਮਾਂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰਨ ਦੀਆਂ ਬੇਅੰਤਾਂ ਬਣਾਈਆਂ। ਲਗਭਗ 1857 ਤੋਂ 58 ਤੱਕ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀ। ਉਹਨਾਂ ਨੇ ਪੰਜਾਬ ਵਿੱਚ ਅੰਗਰੇਜ਼ੀ ਹਕੂਮਤ ਲਿਆ ਕੇ ਪੰਜਾਬ ਵਿੱਚ ਸਿੱਖੀ ਨੂੰ ਖਤਮ ਕਰਨ ਦੇ ਲਈ ਆਪਣੇ ਮਿਸ਼ਨਰੀ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ। ਉਹਨਾਂ ਮਿਸ਼ਨਰੀ ਸਕੂਲਾਂ ਦਾ ਅਸਰ ਕੀ ਹੋ ਰਿਹਾ ਸੀ ਕਿ ਸਿੱਖਾਂ ਦੇ ਬੱਚੇ ਈਸਾਈ ਧਰਮ ਦੇ ਵੱਲ ਜਾਣੇ ਸ਼ੁਰੂ ਹੋ ਗਏ। ਇੱਕ ਤੇ ਈਸਾਈਆਂ ਨੇ ਆਪਣਾ ਪ੍ਰਚਾਰ ਪੰਜਾਬ ਵਿੱਚ ਆਰੰਭ ਕਰ ਦਿੱਤਾ ਤੇ ਦੂਸਰਾ ਆਰੀਆ ਸਮਾਜ ਨੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ। ਪਰ ਆਰੀਆ ਸਮਾਜ ਦੇ ਪ੍ਰਚਾਰਕ ਬਾਰੇ ਤਾਂ ਇਤਿਹਾਸਕਾਰ ਇੱਥੋਂ ਤੱਕ ਜਾਣਕਾਰੀ ਦਿੰਦੇ ਨੇ ਕਿ ਇਹ ਗੁਰਦੁਆਰਿਆਂ ਵਿੱਚ ਜਾ ਕੇ ਸਿੱਖੀ ਦੇ ਖਿਲਾਫ ਪ੍ਰਚਾਰ ਕਰਦੇ ਸਨ ਤੇ ਉਹਨਾਂ ਨੇ ਇਹੋ ਜਿਹੇ ਭਰਮ ਪਾਏ ਜਿਨ੍ਹਾਂ ਵਿੱਚੋਂ ਸਾਡਾ ਪੰਥ ਅੱਜ ਤੱਕ ਨਹੀਂ ਨਿਕਲਿਆ। ਜਾਦੂ ਟੂਣਿਆਂ ਵਿੱਚ ਵਿਸ਼ਵਾਸ ਸ਼ੁਰੂ ਕਰ ਦਿੱਤਾ, ਧਾਗੇ ਤਵੀਤਾਂ ਦੇ ਨਾਲ ਜੋੜ ਦਿੱਤਾ, ਥਿੱਤਾਂ ਵਾਰਾਂ ਦੀ ਵਿਚਾਰ ਨਾਲ ਜੋੜ ਦਿੱਤਾ ਤੇ ਉਹਨਾਂ ਨੇ ਹੋਰ ਬੜੀਆਂ ਜੰਤਰੀਆਂ ਬਣਾ ਕੇ ਸਾਡੇ ਗੁਰਸਿੱਖਾਂ ਨੂੰ ਆਪਣੇ ਅੰਧ ਵਿਸ਼ਵਾਸ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਈਸਾਈਆਂ ਤੇ ਆਰੀਆ ਸਮਾਜਾਂ ਦਾ ਅਸਰ ਇੰਨਾ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ ਇਤਿਹਾਸਿਕ ਸਰੋਤਾਂ ਨੇ 1 ਕਰੋੜ ਤੋਂ ਵੱਧ ਦੱਸੀ ਹੈ। ਪਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਥੋੜੇ ਸਮੇਂ ਦੇ ਵਿੱਚ ਹੀ ਗਿਣਤੀ ਘਟ ਕੇ ਕੇਵਲ 18 ਲੱਖ ਰਹਿ ਗਈ ਸੀ। ਈਸਾਈਆਂ ਦੇ ਇੱਕ ਵਿਦਵਾਨ ਮਿਸਟਰ ਟਰੰਪ ਨੇ 1870 ਦੇ ਵਿੱਚ ਲਿਖਿਆ ਕਿ ਸਿੱਖੀ ਬੜੀ ਜਲਦੀ ਖਤਮ ਹੋ ਰਹੀ ਹੈ, ਉਹ ਸਮਾਂ ਦੂਰ ਨਹੀਂ ਜਦ ਸਿੱਖ ਧਰਮ ਬੀਤੇ ਯੁੱਗ ਦਾ ਧਰਮ ਬਣ ਕੇ ਰਹਿ ਜਾਵੇਗਾ।
1870 ਵਿੱਚ ਉਸਨੇ ਇਹ ਗੱਲ ਆਖੀ ਤੇ 1873 ਵਿੱਚ ਅੰਮ੍ਰਿਤਸਰ ਵਿੱਚ ਚਾਰ ਵਿਦਿਆਰਥੀ ਜੋ ਸਿੱਖ ਘਰਾਣੇ ਨਾਲ ਸੰਬੰਧਿਤ ਰੱਖਦੇ ਸਨ, ਜਿਨ੍ਹਾਂ ਦੇ ਨਾਮ ਸੀ ਅਤਰ ਸਿੰਘ, ਸਰਦਾਰ ਆਇਆ ਸਿੰਘ ਤੇ ਸਰਦਾਰ ਸੰਤੋਖ ਸਿੰਘ, ਸਰਦਾਰ ਸਾਧੂ ਸਿੰਘ। ਇਹਨਾਂ ਚਾਰ ਵਿਦਿਆਰਥੀਆਂ ਨੇ ਈਸਾਈ ਬਣਨ ਦਾ ਐਲਾਨ ਕਰ ਦਿੱਤਾ। ਹੁਣ ਆਪ ਜੀ ਹਿਸਾਬ ਲਾਓ ਕਿ ਜਦੋਂ ਸਿੱਖਾਂ ਦੇ ਬੱਚੇ ਈਸਾਈ ਧਰਮ ਅਪਣਾਉਣ ਲਈ ਪ੍ਰੇਰਿਤ ਹੋਣੇ ਸ਼ੁਰੂ ਹੋ ਗਏ ਹੋਣਗੇ ਤਾਂ ਉਸ ਵੇਲੇ ਸਾਡੀ ਸਿੱਖੀ ਦੇ ਹਾਲਾਤ ਕਿਹੋ ਜਿਹੇ ਹੋਣਗੇ। 1873 ਦਾ ਇਹ ਸਮਾਂ ਸੀ। ਇਹਨਾਂ ਬੱਚਿਆਂ ਦੇ ਐਲਾਨ ਕਰਨ ਤੋਂ ਬਾਅਦ ਹੀ ਲਹਿਰਾਂ ਉੱਠੀਆਂ, ਜਿਨ੍ਹਾਂ ਵਿੱਚ ਮੋਢੀ ਲਹਿਰ, ਸਿੰਘ ਸਭਾ ਲਹਿਰ ਸੀ, ਜਿਨ੍ਹਾਂ ਨੇ ਸਿੱਖੀ ਪ੍ਰਚਾਰ ਵਿੱਚ ਕਾਫੀ ਵੱਧ ਚੜ੍ਹ ਕੇ ਯੋਗਦਾਨ ਦਿੱਤਾ। ਸੋ ਸੰਗਤ ਜੀ, ਇੰਨਾ ਹੀ ਨਹੀਂ, ਸਿੱਖੀ ਵਿੱਚ ਜਾਤ ਪਾਤ ਦਾ ਵੀ ਬੋਲਬਾਲਾ ਕਰ ਦਿੱਤਾ ਗਿਆ ਤੇ ਉਹ ਹੁਣ ਤੱਕ ਮੌਜੂਦ ਹੈ। ਗੁਰਬਾਣੀ ਦਾ ਫਰਮਾਨ ਹੈ ਕਿ ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾਹੀ। ਮਹਾਰਾਜ ਜੀ ਤਾਂ ਕਹਿੰਦੇ ਨੇ ਕਿ ਜਾਤਾਂ ਪਾਤਾਂ ਨਹੀਂ ਮੰਨਣੀਆਂ, ਪਰ ਆਰੀਆ ਸਮਾਜੀਆਂ ਨੇ ਸਾਡੇ ਵਿੱਚ ਇੱਥੋਂ ਤੱਕ ਜਾਤ ਪਾਤ ਦਾ ਭਰਮ ਪਾ ਦਿੱਤਾ ਸੀ ਕਿ ਸਮੇਂ ਦੇ ਵਿਦਵਾਨ ਗਿਆਨੀ ਜਿੱਤ ਸਿੰਘ ਜੀ, ਜੋ ਪ੍ਰਸਿੱਧ ਵਿਦਵਾਨ ਸੀ, ਉਹਨਾਂ ਨੂੰ ਕੇਵਲ ਇਸ ਕਰਕੇ ਨਿਰਾਦਰੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹਨਾਂ ਦਾ ਜਨਮ ਰਵਿਦਾਸੀਆਂ ਦੇ ਘਰ ਦਾ ਸੀ। ਜਿਸ ਸਮਾਗਮ ਵਿੱਚ ਪ੍ਰਚਾਰ ਕਰਨ ਲਈ ਜਾਂਦੇ, ਉੱਥੋਂ ਦੀ ਸੰਗਤ ਕੜਾਹ ਪ੍ਰਸ਼ਾਦੀ ਦੇਗ ਤੱਕ ਨਾ ਲੈਂਦੀ। ਉਹ ਆਖਦੇ ਸੀ ਕਿ ਪਹਿਲਾਂ ਦਿੱਤ ਸਿੰਘ ਨੂੰ ਭੇਜੋ, ਫਿਰ ਪ੍ਰਸ਼ਾਦ ਦੇਵੋ। ਇੰਨੀ ਘਿਰਣਾ ਕਰਦੇ ਸੀ। ਜਾਤ ਪਾਤ ਦਾ ਬੋਲਬਾਲਾ ਇੱਥੋਂ ਤੱਕ ਹੋ ਗਿਆ ਸੀ। ਤੁਸੀਂ ਹਿਸਾਬ ਲਾਓ ਕਿ ਸਿੱਖੀ ਦੀ ਹਾਲਤ ਉਹਨਾਂ ਦਿਨਾਂ ਵਿੱਚ ਕਿਹੋ ਜਿਹੀ ਹੋਵੇਗੀ। ਸੰਗਤ ਜੀ, ਇਹੋ ਜਿਹੇ ਸਮੇਂ ਵਿੱਚ ਹੀ ਸੰਨ 1866 ਈਸਵੀ ਨੂੰ ਚੀਮਾ ਪਿੰਡ ਦੇ ਵਿੱਚ, ਸੁਨਾਮ ਦੇ ਲਾਗੇ ਜੋ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਹੈ, ਉੱਥੇ ਸਰਦਾਰ ਕਰਮ ਸਿੰਘ ਜੀ ਦੇ ਘਰ ਮਾਤਾ ਭੋਲੀ ਕੌਰ ਜੀ ਦੇ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ। ਜਦੋਂ ਦਾਈ ਨੇ ਆ ਕੇ ਬਾਬਾ ਕਰਮ ਸਿੰਘ ਜੀ ਨੂੰ ਵਧਾਈ ਦਿੱਤੀ ਤੇ ਬਾਲਕ ਦੇ ਜਨਮ ਦੀ ਖੁਸ਼ਖਬਰੀ ਸੁਣਾਈ, ਤਾਂ ਉਹ ਸਮਾਂ ਇਹੋ ਜਿਹਾ ਸੀ ਜਦੋਂ ਸਾਡੇ ਸਿੱਖ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਸੀ। ਪਰ ਇਹੋ ਜਿਹੇ ਮਾਹੌਲ ਵਿੱਚ ਬਾਬਾ ਕਰਮ ਸਿੰਘ ਜੀ ਨੇ ਕੋਈ ਹੋਰ ਕਰਮ ਕਰਨ ਦੀ ਜਗ੍ਹਾ ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਤੇ ਗੁਰਦੁਆਰੇ ਪ੍ਰਸ਼ਾਦ ਲਿਜਾ ਕੇ ਭਾਈ ਸਾਹਿਬ ਜੀ ਨੂੰ ਆਖਿਆ ਕਿ ਭਾਈ ਸਾਹਿਬ ਜੀ, ਸ਼ੁਕਰਾਨੇ ਦੀ ਅਰਦਾਸ ਕਰਵਾਉਣੀ ਹੈ। ਤਾਂ ਭਾਈ ਸਾਹਿਬ ਜੀ ਨੇ ਪੁੱਛਿਆ ਕਿਉਂ? ਤਾਂ ਬਾਬਾ ਜੀ ਨੇ ਕਿਹਾ ਕਿ ਸਤਿਗੁਰਾਂ ਨੇ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੀ ਹੈ, ਸ਼ੁਕਰਾਨੇ ਦੀ ਅਰਦਾਸ ਕਰਾਉਣੀ ਤੇ ਨਾਲ ਹੀ ਮਹਾਰਾਜ ਜੀ ਨੂੰ ਬੇਨਤੀ ਕਰਨੀ ਕਿ ਬਾਲਕ ਦਾ ਨਾਮ ਰੱਖਣ ਲਈ ਅੱਖਰ ਵੀ ਬਖਸ਼ ਦੇਣ। ਤਾਂ ਭਾਈ ਸਾਹਿਬ ਜੀ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ, ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। ਹੁਕਮਨਾਮੇ ਦਾ ਪਹਿਲਾ ਅੱਖਰ ਐੜਾ ਸੀ ਤੇ ਐੜੇ ਤੋਂ ਮਰਿਆਦਾ ਅਨੁਸਾਰ ਨਾਮ ਰੱਖਿਆ ਗਿਆ ਅਤਰ ਸਿੰਘ। ਸਰਦਾਰ ਕਰਮ ਸਿੰਘ ਜੀ ਨੇ ਆਪਣੇ ਬਾਲਕ ਦਾ ਨਾਂ ਅਤਰ ਸਿੰਘ ਰੱਖਿਆ। ਬਾਬਾ ਜੀ ਵੱਡੇ ਹੁੰਦੇ ਗਏ, ਆਪ ਜੀ ਦਾ ਜੀਵਨ ਦੂਸਰੇ ਬੱਚਿਆਂ ਦੇ ਨਾਲੋਂ ਬਿਲਕੁਲ ਵੱਖਰਾ ਸੀ। ਜਦੋਂ ਆਪ ਦੂਸਰੇ ਬਾਲਕਾਂ ਦੇ ਕੋਲ ਜਾਂਦੇ, ਉਹ ਖੇਡ ਰਹੇ ਹੁੰਦੇ, ਤਾਂ ਆਪ ਜੀ ਉਹਨਾਂ ਨੂੰ ਖੇਡਣ ਤੋਂ ਰੋਕ ਕੇ ਸਿਮਰਨ ਵੱਲ ਲਗਾਉਂਦੇ, ਭਜਨ ਵੱਲ ਲਗਾਉਂਦੇ ਸੀ। ਉਹਨਾਂ ਨੂੰ ਆਖਦੇ ਸੀ ਕਿ ਬੈਠੋ, ਬੈਠ ਕੇ ਨਾਮ ਜਪੋ ਤੇ ਬੰਦਗੀ ਕਰੋ। ਜਦੋਂ ਇਹਨਾਂ ਦੀ ਉਮਰ 7 ਕੁ ਸਾਲ ਦੀ ਹੋਈ ਤਾਂ ਪਿਤਾ ਜੀ ਨੇ ਸਕੂਲ ਪੜ੍ਹਨ ਵਾਸਤੇ ਆਖਿਆ। ਤਾਂ ਬਾਬਾ ਜੀ ਨੇ ਆਖਿਆ ਕਿ ਅਸੀਂ ਪੜ੍ਹਨਾ ਨਹੀਂ, ਅਸੀਂ ਤਾਂ ਕੇਵਲ ਗੁਰਮੁਖੀ ਪੜ੍ਹਨੀ ਹੈ, ਅਸੀਂ ਦੁਨਿਆਵੀ ਵਿੱਦਿਆ ਨਹੀਂ ਪੜ੍ਹਨੀ, ਸਾਨੂੰ ਗੁਰਮੁਖੀ ਪੜ੍ਹਾਈ ਜਾਵੇ। ਸੋ ਗੁਰਮੁਖੀ ਪੜ੍ਹਨ ਲਈ ਆਪ ਜੀ ਨੂੰ ਚੀਮੇ ਵਿੱਚ ਹੀ, ਚੀਮੇ ਦੇ ਪਿੰਡ ਵਿੱਚ ਹੀ ਰਾਮ ਸਿੰਘ ਨਿਰਮਲਿਆਂ ਦਾ ਇੱਕ ਡੇਰਾ ਸੀ, ਉੱਥੇ ਭਾਈ ਬੂਟਾ ਸਿੰਘ ਜੀ ਗ੍ਰੰਥੀ ਸਨ ਤੇ ਉਹਨਾਂ ਕੋਲ ਗੁਰਮੁਖੀ ਪੜ੍ਹਨ ਲਈ ਪਾਇਆ ਗਿਆ। ਭਾਈ ਬੂਟਾ ਸਿੰਘ ਜੀ ਤੋਂ ਆਪ ਜੀ ਨੇ ਗੁਰਮੁਖੀ ਪੜ੍ਹੀ ਤੇ ਪੰਜ ਗ੍ਰੰਥੀ ਦੀ ਸੰਥਿਆ ਲਈ ਤੇ ਗੁਰਬਾਣੀ ਦੀ ਸੰਥਿਆ ਲਈ, ਉਸ ਥਾਂ ਤੋਂ ਹੀ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ ਕਰਦੇ, ਫਿਰ ਡੰਗਰ ਚਾਰਦੇ ਤੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਵੀ ਮਦਦ ਕਰਦੇ। ਸਮਾਂ ਬੀਤਦਾ ਗਿਆ। ਆਪ ਜੀ ਦੇ ਪਿੰਡ ਦਾ ਇੱਕ ਫੌਜੀ ਸੂਬੇਦਾਰ ਦਲੇਰ ਸਿੰਘ ਸੀ, ਉਹਦੀ ਪ੍ਰੇਰਣਾ ਸਦਕਾ ਲਗਭਗ 1883 ਈਸਵੀ ਵਿੱਚ 1700
17 ਸਾਲ ਦੀ ਉਮਰ ਦੇ ਵਿੱਚ ਆਪ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਆਪ ਜੀ ਦੀ ਡਿਊਟੀ ਕੁਹਾਰ ਛਾਉਣੀ ਵਿੱਚ ਲੱਗ ਗਈ। ਕੁਹਾਰ ਛਾਉਣੀ ਤੋਪਖਾਨੇ ਵਿੱਚ ਡਿਊਟੀ ਲੱਗੀ। ਉੱਥੇ ਇੱਕ ਤਾਂ ਨੌਕਰੀ ਕਰਨੀ ਪੈਂਦੀ ਸੀ, ਦੂਸਰਾ ਨਿਗਰਾਨੀ ਬੜੀ ਰੱਖਣੀ ਪੈਂਦੀ ਸੀ, ਤੇ ਤੀਸਰਾ ਸਫਾਈ ਆਦਿ ਕੰਮ ਵੀ ਕਰਨੇ ਪੈਂਦੇ ਸਨ। ਰੁਝੇਵੇਂ ਜ਼ਿਆਦਾ ਹੋਣ ਕਰਕੇ ਆਪ ਜੀ ਨੂੰ ਸਿਮਰਨ ਕਰਨ ਲਈ ਸਮਾਂ ਹੀ ਨਹੀਂ ਸੀ ਮਿਲਦਾ, ਜਿਸ ਕਰਕੇ ਆਪ ਜੀ ਨੇ ਸੂਬੇਦਾਰ ਦਲੇਰ ਸਿੰਘ ਨੂੰ ਆਖਿਆ ਕਿ ਸਾਡੀ ਡਿਊਟੀ ਹੀ ਬਦਲਾ ਦਿਓ, ਤੇ ਉਹਨਾਂ ਨੇ ਆਪ ਜੀ ਦੀ ਡਿਊਟੀ 54 ਸਿੱਖ ਪਲਟਨ ਕੰਪਨੀ ਨੰਬਰ 7 ਦੇ ਡੇਰਾ ਗਾਜੀ ਖਾਂ ਵਿੱਚ ਕਰ ਦਿੱਤੀ। ਉਸ ਥਾਂ ਉੱਪਰ ਆਪ ਜੀ ਡਿਊਟੀ ਕਰਦੇ, ਤੇ ਜਦੋਂ ਵਿਹਲਾ ਸਮਾਂ ਹੁੰਦਾ ਤਾਂ ਆਪ ਕੰਪਨੀ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਦੇ ਗ੍ਰੰਥੀ ਭਾਈ ਜੋਧ ਸਿੰਘ ਜੀ ਦੇ ਨਾਲ ਸਹਾਇਕ ਵਜੋਂ ਕੰਮ ਕਰਦੇ ਤੇ ਪਾਠ ਵੀ ਕਰਦੇ। ਭਾਈ ਜੋਧ ਸਿੰਘ ਵੀ ਇੱਕ ਸਿਮਰਨ ਤੇ ਬੰਦਗੀ ਵਾਲੀ ਰੂਹ ਸੀ। ਉਹਨਾਂ ਦਾ ਅਸਰ ਬਾਬਾ ਜੀ ਅਤਰ ਸਿੰਘ ਜੀ ਦੇ ਉੱਪਰ ਇੰਨਾ ਕੁ ਪਿਆ ਕਿ ਬਾਬਾ ਜੀ ਉਹਨਾਂ ਤੋਂ ਸਿਮਰਨ ਦੀਆਂ ਜੁਗਤਾਂ ਪੁੱਛਣ ਲੱਗੇ, ਤੇ ਉਹ ਦੱਸਦੇ ਗਏ ਕਿ ਸਿਮਰਨ ਬੰਦਗੀ ਵਿੱਚ ਪਰਪੱਕ ਹੁੰਦੇ ਗਏ। ਸਿੱਖ ਪਲਟਨ ਦੇ ਰੂਲ ਦੇ ਅਨੁਸਾਰ 1884 ਵਿੱਚ ਲਗਭਗ 18 ਸਾਲ ਦੀ ਉਮਰ ਆਪ ਜੀ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ। ਸਿੱਖ ਪਲਟਨ ਦਾ ਰੂਲ ਹੈ ਕਿ ਜੋ ਨਵਾਂ ਸਿਪਾਹੀ ਭਰਤੀ ਹੁੰਦਾ ਸੀ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ। ਬਸ ਅੰਮ੍ਰਿਤਪਾਨ ਕਰਨ ਦੀ ਦੇਰ ਸੀ, ਆਪ ਜੀ ਦੇ ਉੱਪਰ ਹੋਰ ਰੰਗ ਹੋਰ ਹੀ ਚੜ ਗਿਆ। ਫਿਰ ਆਪ ਆਪਣੇ ਪਿੰਡ ਚੀਮਾ ਛੁੱਟੀ ਕੱਟਣ ਗਏ। ਉਸ ਸਮੇਂ ਆਪ ਜੀ ਦੀ ਉਮਰ ਕੋਈ 20 ਕੁ ਸਾਲ ਦੀ ਸੀ। ਉਦੋਂ 20-22 ਸਾਲ ਦੀ ਉਮਰ ਵਿੱਚ ਸ਼ਾਦੀ ਕਰ ਦਿੱਤੀ ਜਾਂਦੀ ਸੀ, ਤਾਂ ਆਪ ਜੀ ਲਈ ਵੀ ਪਿੰਡ ਬਡਰੁੱਖਾਂ ਤੋਂ ਰਿਸ਼ਤਾ ਆਇਆ। ਤਾਂ ਆਪ ਜੀ ਨੇ ਜਵਾਬ ਦੇ ਦਿੱਤਾ ਕਿ ਮੈਂ ਵਿਆਹ ਨਹੀਂ ਕਰਵਾਉਣਾ। ਕੁਝ ਲੋਕ ਸੰਤ ਅਤਰ ਸਿੰਘ ਜੀ ਉੱਪਰ ਇਸ ਕਰਕੇ ਕਿੰਤੂ ਵੀ ਕਰਦੇ ਸਨ ਕਿ ਉਹਨਾਂ ਨੇ ਵਿਆਹ ਨਹੀਂ ਕਰਵਾਇਆ, ਤੇ ਇਹ ਲੋਕ ਆਪਣੀ ਇਸ ਦਲੀਲ ਨੂੰ ਸਪਸ਼ਟ ਕਰਨ ਲਈ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਪੰਕਤੀ ਦਾ ਸਹਾਰਾ ਲੈਂਦੇ ਨੇ। ਉਹਨਾਂ ਦੀ ਪੰਕਤੀ ਲਿਖੀ ਹੋਈ ਹੈ, ਕਹਿੰਦੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਚੰਗੀ ਜੀ, ਭਾਈ ਗੁਰਦਾਸ ਜੀ ਮਹਾਨ ਗੁਰਸਿੱਖ ਸਨ। ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂੰਜੀ ਦਾ ਖਿਤਾਬ ਹੈ। ਭਾਈ ਗੁਰਦਾਸ ਜੀ ਇਹ ਤਾਂ ਨਹੀਂ ਕਰਨਗੇ ਕਿ ਲਿਖਣਗੇ ਕੁਝ ਹੋਰ ਤੇ ਕਰਨਗੇ ਕੁਝ ਹੋਰ। ਭਾਈ ਗੁਰਦਾਸ ਜੀ ਨੇ ਵੀ ਵਿਆਹ ਨਹੀਂ ਸੀ ਕਰਵਾਇਆ। ਉਹਨਾਂ ਨੇ ਜਿਹੜੀ ਇਹ ਪੰਕਤੀ ਲਿਖੀ ਹੈ ਕਿ ਸਕਲ ਧਰਮ ਹੈ ਗ੍ਰਸਤ ਧਰਮ ਗ੍ਰਸਤ ਪ੍ਰਧਾਨ ਹੈ। ਸੰਗਤ ਜੀ, ਇਹ ਉਹਨਾਂ ਨੇ ਦੁਨਿਆਵੀ ਗ੍ਰਸਤ ਧਰਮ ਬਾਰੇ ਨਹੀਂ ਲਿਖਿਆ। ਇਸ ਪੰਕਤੀ ਦੀ ਵਿਆਖਿਆ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤੀ ਹੈ ਕਿ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਇੱਥੇ ਕਿਹੜੀ ਗ੍ਰਸਤ ਹੈ ਕਿ ਇਸ ਜੀਵ ਦਾ ਰਿਸ਼ਤਾ ਪਰਮਾਤਮਾ ਨਾਲ ਜੁੜੇ। ਭਾਈ ਗੁਰਦਾਸ ਜੀ ਦੀ ਸਾਡੀ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਜੁੜਨ ਦੇ ਰਿਸ਼ਤੇ ਦੀ ਗੱਲ ਕਰਦੇ ਨੇ, ਨਾ ਕਿ ਦੁਨਿਆਵੀ ਰਿਸ਼ਤਿਆਂ ਦੀ ਗੱਲ ਕਰਦੇ ਹਨ। ਇਸ ਲਈ ਸੰਗਤ ਜੀ, ਵਿਆਹ ਕਰਵਾਉਣਾ ਜਾਂ ਨਾ ਕਰਵਾਉਣਾ ਇੱਕ ਇਨਸਾਨ ਦਾ ਨਿੱਜੀ ਫੈਸਲਾ ਹੈ। ਸਤਿਗੁਰੂ ਜੀ ਨੇ ਦੁਨਿਆਵੀ ਗ੍ਰਸਤ ਧਰਮ ਦੀ ਪ੍ਰਵਾਨਗੀ ਦਿੱਤੀ ਹੈ ਕਿ ਇੱਕ ਗੁਰਸਿੱਖ ਨੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਹੈ, ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਛਕਣਾ ਹੈ। ਸੰਤ ਅਤਰ ਸਿੰਘ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਆਪਣੀ ਸ਼ਾਦੀ ਨਹੀਂ ਕਰਵਾਈ, ਉਹ ਆਪਣੀ ਮੌਜ ਅਨੁਸਾਰ ਇੱਦਾਂ ਹੀ ਵਿਚਰਨਾ ਚਾਹੁੰਦੇ ਸਨ। ਲਗਭਗ 4 ਸਾਲ ਆਪ ਜੀ ਨੇ ਫੌਜ ਵਿੱਚ ਨੌਕਰੀ ਕੀਤੀ ਤੇ ਆਪ ਜੀ ਦੀ ਉਮਰ 22 ਸਾਲ ਦੀ ਹੋ ਗਈ ਸੀ। ਤਾਂ ਆਪ ਜੀ ਨੂੰ ਆਪਣੀ ਮਾਤਾ ਭੋਲੀ ਜੀ ਦੀ ਲਿਖੀ ਹੋਈ ਚਿੱਠੀ ਮਿਲੀ ਕਿ ਜਿਸ ਵਿੱਚ ਲਿਖਿਆ ਸੀ ਕਿ ਪੁੱਤਰ ਜੀ, ਤੁਹਾਡੇ ਪਿਤਾ ਜੀ ਚਲਾਣਾ ਕਰ ਗਏ ਨੇ ਤੇ ਤੁਸੀਂ ਘਰ ਵਾਪਸ ਆ ਜਾਓ। ਪਿਤਾ ਜੀ ਦੇ ਚਲਾਣੇ ਦੀ ਖਬਰ ਮਿਲਦਿਆਂ ਹੀ ਆਪ ਜੀ ਦਾ ਮਨ ਉਪਰਾਮ ਹੋ ਗਿਆ ਤੇ ਘਰ ਆਉਣ ਦੀ ਥਾਂ ਆਪ ਜੀ ਡੇਰਾ ਗਾਜੀ ਖਾਂ ਤੋਂ ਪੈਦਲ ਹੀ ਸ੍ਰੀ ਹਜੂਰ ਸਾਹਿਬ ਵੱਲ ਚੱਲ ਪਏ। ਰਸਤੇ ਵਿੱਚ ਇੱਕ ਕਦਮ ਰੱਖਦੇ ਤਾਂ ਵਾਹੇ, ਤੇ ਦੂਸਰਾ ਕਦਮ ਰੱਖਦੇ ਤਾਂ ਗੁਰੂ, ਤੇ ਫੇਰ ਕਦਮ ਰੱਖਦੇ ਵਾਹੇ
ਫਿਰ ਦੂਜਾ ਕਦਮ ਰੱਖਦੇ ਤੇ ਗੁਰੂ ਕਦਮ ਕਦਮ ਦੇ ਨਾਲ ਵਾਹਿਗੁਰੂ ਸਿਮਰਦੇ ਹੀ ਚਲੇ ਗਏ। ਸੰਗਤ ਜੀ, ਬਾਣੀ ਚ ਪੰਕਤੀ ਹੈ ਕਿ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਰਸਨਾ ਸੰਗਤ ਜੀ ਰਸਨਾ ਦੇ ਉੱਪਰ ਰਾਮ ਹੋਵੇ ਤਾਂ ਗਲੇ ਵਿੱਚ ਮਾਲਾ ਪਾਉਣ ਦੀ ਜ਼ਰੂਰਤ ਨਹੀਂ। ਸੰਤ ਅਤਰ ਸਿੰਘ ਜੀ ਇਸ ਤੁਕ ਉੱਪਰ ਪਹਿਰਾ ਦਿੰਦੇ ਹੋਏ, ਕਦਮ ਦਰ ਕਦਮ ਸਿਮਰਨ ਕਰਦੇ ਹੋਏ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚ ਜਗੇ। ਉੱਥੇ ਆਪ ਜੀ ਗੁਰਦੁਆਰਾ ਸ਼ਿਕਾਰ ਘਾਟ, ਨਗੀਨਾ ਘਾਟ ਤੇ ਮਾਤਾ ਸਾਹਿਬ ਕੌਰ ਜੀ ਦੇ ਗੁਰਦੁਆਰੇ ਤੇ ਹੋਰ ਬੜੇ ਸਥਾਨਾਂ ਤੇ ਦਰਸ਼ਨ ਕੀਤੇ ਤੇ ਗੋਦਾਵਰੀ ਦੇ ਕਿਨਾਰੇ ਲਗਭਗ 1,25,000 ਜਪਜੀ ਸਾਹਿਬ ਜੀ ਦੇ ਪਾਠ ਕੀਤੇ। 2 ਸਾਲ ਤੱਕ ਦਾ ਸਮਾਂ ਆਪ ਜੀ ਨੇ ਹਜੂਰ ਸਾਹਿਬ ਬਿਤਾਇਆ। ਉਪਰੰਤ ਆਪ ਜੀ ਰਿਸ਼ੀਕੇਸ਼ ਆਏ। ਲਗਭਗ 1 ਸਾਲ ਦਾ ਸਮਾਂ ਆਪ ਜੀ ਰਿਸ਼ੀਕੇਸ਼ ਰਹੇ। ਉੱਥੇ ਵੀ ਆਪ ਜੀ ਨੇ ਸਿਮਰਨ ਬੰਦਗੀ ਕੀਤੀ। ਰਿਸ਼ੀਕੇਸ਼ ਦੀ ਧਰਤੀ ਦੇ ਉੱਪਰ ਕੁਝ ਆਰੀਆ ਸਮਾਜੀ ਪੰਡਿਤ ਆਪ ਜੀ ਨੂੰ ਮਿਲੇ ਤੇ ਕਹਿਣ ਲੱਗੇ ਕਿ ਬਾਬਾ ਜੀ, ਅਸੀਂ ਤਾਂ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਹੈ ਤੇ ਚਰਚਾ ਦੇ ਆਧਾਰ ਤੇ ਦੇਖਾਂਗੇ ਕਿ ਕਿਹਦਾ ਧਰਮ ਉੱਤਮ ਹੈ। ਸੰਤ ਅਤਰ ਸਿੰਘ ਜੀ ਨੇ ਉਹਨਾਂ ਨੂੰ ਬੜੇ ਪ੍ਰੇਮ ਨਾਲ ਉੱਤਰ ਦਿੱਤਾ। ਕਹਿੰਦੇ, ਗੁਰਮੁਖੋ, ਚਰਚਾ ਵਿਚਾਰ ਕਰਾਂਗੇ ਤਾਂ ਉਹ ਤਕਰਾਰ ਵਿੱਚ ਬਦਲ ਜਾਵੇਗੀ, ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਵੀ ਪੈਦਾ ਹੋ ਜਾਵੇਗੀ। ਤੁਸੀਂ ਸਾਨੂੰ ਨਫ਼ਰਤ ਦੀ ਭਾਵਨਾ ਨਾਲ ਦੇਖੋਗੇ ਤੇ ਅਸੀਂ ਤੁਹਾਨੂੰ ਨਫ਼ਰਤ ਦੀ ਭਾਵਨਾ ਨਾਲ ਦੇਖਾਂਗੇ। ਕਿਉਂ ਨਾ ਚੰਗਾ ਹੋਵੇ ਤੁਸੀਂ ਆਪਣੇ ਧਰਮ ਦੀਆਂ ਚੰਗੀਆਂ ਗੱਲਾਂ ਸੁਣਾ ਦਿਓ ਤੇ ਸਾਡੇ ਕੋਲੋਂ ਸਾਡੇ ਧਰਮ ਦੀਆਂ ਗੱਲਾਂ ਸੁਣ ਲਵੋ। ਇਸ ਨਾਲ ਸਤਸੰਗ ਵੀ ਹੋ ਜਾਵੇਗਾ ਤੇ ਪ੍ਰਭੂ ਦਾ ਸਿਮਰਨ ਵੀ ਅਸੀਂ ਕਰ ਲਵਾਂਗੇ ਤੇ ਇਹਦੇ ਨਾਲ ਸਾਡੇ ਮਨ ਦੀ ਨਫ਼ਰਤ ਵੀ ਨਿਕਲ ਜਾਵੇਗੀ ਤੇ ਸਾਡੇ ਵਿੱਚ ਭਰਾਤਰੀ ਭਾਵ ਪੈਦਾ ਹੋ ਜਾਣਗੇ। ਆਪਾਂ ਇੱਕ ਮੁਲਕ ਦੇ ਵਾਸੀ ਹਾਂ, ਆਪਾਂ ਇੱਕ ਦੂਸਰੇ ਦੇ ਨਾਲ ਲੜਨਾ ਨਹੀਂ, ਪ੍ਰੇਮ ਦੇ ਨਾਲ ਭਰਾਵਾਂ ਵਾਂਗ ਰਹਿਣਾ ਹੈ। ਇਹ ਭਾਵਨਾ ਸੰਤ ਅਤਰ ਸਿੰਘ ਜੀ ਦੀ ਸੀ। ਸੋ ਉੱਥੋਂ ਚੱਲ ਕੇ ਆਪ ਜੀ 1891 ਈਸਵੀ ਚ ਪਿੰਡ ਚੀਮੇ ਆ ਗਏ ਤੇ ਜਦੋਂ ਆਪ ਪਿੰਡ ਪਹੁੰਚੇ ਤਾਂ ਆਪ ਜੀ ਦੇ ਬਚਪਨ ਦੇ ਮਿੱਤਰ ਬਾਲ ਸਖਾਈ ਆਪ ਜੀ ਨੂੰ ਮਿਲਣ ਆਏ ਤਾਂ ਆਪ ਜੀ ਨੇ ਉਹਨਾਂ ਨੂੰ ਬਿਠਾ ਲਿਆ ਤੇ ਉਪਦੇਸ਼ ਦਿੱਤਾ ਕਿ ਭਾਈ, ਧਰਮ ਦੀ ਕਿਰਤ ਕਰੋ, ਦਸਵੰਧ ਜ਼ਰੂਰ ਕੱਢੋ, ਸਤਿਗੁਰੂ ਜੀ ਤੁਹਾਡੇ ਉੱਪਰ ਤਰੁੱਠਣਗੇ, ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਗੇ ਤੇ ਨਿੰਦਾ ਚੁਗਲੀ ਪਰ ਧਨ ਤੇ ਪਰ ਤਨ ਦੋਵਾਂ ਤੋਂ ਬਚ ਕੇ ਰਹੋ। ਬਾਬਾ ਜੀ ਦਾ ਬਾਣੀ ਦੇ ਪ੍ਰਤੀ ਇੰਨਾ ਪ੍ਰੇਮ ਸੀ ਕਿ ਆਪ ਜੀ ਨੇ ਆਪਣੀ ਮਾਤਾ ਜੀ ਨੂੰ ਇੱਕ ਇੱਕ ਪੌੜੀ ਕਰਕੇ ਸਾਰੇ ਜਪਜੀ ਸਾਹਿਬ ਜੀ ਦਾ ਪਾਠ ਕੰਠ ਕਰਵਾ ਦਿੱਤਾ ਸੀ ਤੇ 3 ਕੁ ਮਹੀਨੇ ਰਹਿ ਕੇ ਆਪ ਜੀ ਨੇ ਫਿਰ ਚਾਲੇ ਪਾ ਦਿੱਤੇ। ਇੱਥੋਂ ਚੱਲ ਕੇ ਆਪ ਜੀ ਰਾਮ ਸਿੰਘ ਥਮਾਲੀ ਪਾਸ ਪਹੁੰਚੇ ਤੇ ਉਹਨਾਂ ਨੂੰ ਕਿਹਾ ਕਿ ਰਾਮ ਸਿੰਘ ਜੀ, ਸਾਡੇ ਮਨ ਦਾ ਵਿਚਾਰ ਹੈ ਕਿ ਅਸੀਂ ਇਕਾਂਤ ਵਿੱਚ ਬੈਠ ਕੇ ਬੰਦਗੀ ਕਰੀਏ, ਸਾਨੂੰ ਕੋਈ ਇਹੋ ਜਿਹੀ ਥਾਂ ਵਿਖਾਓ। ਤਾਂ ਰਾਮ ਸਿੰਘ ਜੀ ਆਪ ਜੀ ਕਨੋਹੇ ਪਿੰਡ ਲੈ ਆਏ। ਰਾਮ ਸਿੰਘ ਜੀ ਆਪ ਜੀ ਨੂੰ ਕਨੋਹੇ ਪਿੰਡ ਲੈ ਆਏ ਤੇ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਇੱਥੇ ਆਪ ਜੀ ਨੇ ਲੰਮਾ ਸਮਾਂ ਸਿਮਰਨ ਕੀਤਾ, ਬੰਦਗੀ ਕੀਤੀ ਤੇ ਉਹ ਕੋਈ ਜਪ ਤਪ ਨਹੀਂ ਸੀ, ਉਹ ਸਿਮਰਨ ਸੀ ਤੇ ਪ੍ਰੇਮਾ ਭਗਤੀ ਸੀ। ਜਿਸ ਪ੍ਰੇਮਾ ਭਗਤੀ ਦੀ ਗੱਲ ਗੁਰਬਾਣੀ ਵਿੱਚ ਕੀਤੀ ਗਈ ਹੈ, ਪਹਿਲਾਂ ਤਾਂ ਆਪ ਜੀ ਨੇ 40 ਦਿਨ ਸਿਮਰਨ ਲਈ ਚੌਂਕੜਾ ਲਾਇਆ, ਫਿਰ 6 ਮਹੀਨੇ ਬੈਠੇ ਤੇ ਫਿਰ 1 ਸਾਲ ਲਈ ਚੌਂਕੜਾ ਲਾਇਆ। ਇਸ ਸਮੇਂ ਆਪ ਜੀ ਦੀ ਸੇਵਾ ਕਨੋਹੇ ਪਿੰਡ ਦਾ ਇੱਕ ਗੁਰਮੁਖ ਜੋੜਾ ਭਾਈ ਵਜੀਰ ਸਿੰਘ ਤੇ ਉਹਦੀ ਪਤਨੀ ਭਾਗਪਰੀ, ਇਹ ਦੋਵੇਂ ਜਣੇ ਆਪ ਜੀ ਦੀ ਸੇਵਾ ਕਰਦੇ ਸੀ। ਸਵੇਰ ਸਮੇਂ ਇਹ ਆਪ ਜੀ ਨੇ ਇੱਕ ਕੌਲੀ ਸਬਜ਼ੀ ਦੀ ਦੇ ਦਿੰਦੇ ਤੇ ਟਲੀ ਦੁਪਹਿਰ 1 ਗਲਾਸ ਸ਼ਰਧਾਈ ਦਾ ਦੇ ਜਾਂਦੇ ਸਨ। ਬਸ ਪੂਰੇ ਦਿਨ ਆਪ ਜੀ ਦੀ ਇੰਨੀ ਕੋਈ ਖੁਰਾਕ ਸੀ ਤਾਂ ਕਿ ਸਰੀਰ ਦੇ ਸਵਾਸ ਚੱਲਦੇ ਰਹਿਣ। ਸੰਗਤ ਜੀ, ਇਹ 1 ਸਾਲ ਦਾ ਚੌਂਕੜਾ ਆਪ ਜੀ ਦਾ 1 ਵਿਸਾਖ 1896 ਨੂੰ ਪੂਰਾ ਹੋਇਆ। ਤਕਰੀਬਨ 30 ਸਾਲ ਦੀ ਉਮਰ ਉਦੋਂ ਆਪ ਜੀ ਦੀ ਹੋ ਚੁੱਕੀ ਸੀ।
30 ਸਾਲ ਦੀ ਉਮਰ ਤੱਕ ਆਪ ਜੀ ਨੇ ਇੱਕ ਵੀ ਸਵਾਸ ਖਾਲੀ ਨਹੀਂ ਜਾਣ ਦਿੱਤਾ ਤੇ ਇੱਕ ਇੱਕ ਸਵਾਸ ਆਪ ਜੀ ਨੇ ਬੰਦਗੀ ਕਰਕੇ ਸਫਲ ਕੀਤਾ ਸੀ। ਸੰਗਤ ਜੀ ਦੱਸਦੇ ਨੇ ਕਿ ਜਦੋਂ ਆਪ ਜੀ 1 ਸਾਲ ਦਾ ਚੌਂਕੜਾ ਲਾ ਕੇ ਉੱਠੇ ਸੀ ਤਾਂ ਸਰੀਰ ਤਾਂ ਥੋੜਾ ਨਿਰਬਲ ਹੋ ਗਿਆ ਸੀ ਪਰ ਚਿਹਰੇ ਦਾ ਤੇਜ ਪ੍ਰਤਾਪ ਜਲਾਲ ਝੱਲਿਆ ਨਹੀਂ ਜਾਂਦਾ ਸੀ। ਤਾਂ ਆਪ ਜੀ ਨੇ ਭਾਈ ਵਜੀਰ ਸਿੰਘ ਜੀ ਨੂੰ ਆਖਿਆ ਕਿਉਂ ਨਾ ਕਿਉਂਕਿ ਤੁਸੀਂ ਇੱਥੇ ਹੀ ਇੱਕ ਕਮਰਾ ਸਾਨੂੰ ਬਣਵਾ ਦਿਓ। ਉਹਨਾਂ ਨੇ ਕਮਰਾ ਬਣਵਾ ਦਿੱਤਾ ਤੇ ਫਿਰ ਆਪ ਜੀ ਨੂੰ ਉਸ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਉੱਥੇ ਪਹਿਲਾ ਗੁਰਦੁਆਰਾ ਬਣਾਇਆ। ਰੋਜ਼ ਉੱਥੇ ਸਤਸੰਗ ਹੁੰਦਾ ਸੀ ਸਵੇਰੇ ਵੀ ਤੇ ਸ਼ਾਮੀ ਵੀ। ਲਗਭਗ 2-3 ਮਹੀਨੇ ਉਸ ਥਾਂ ਉੱਪਰ ਬਿਨਾਂ ਸਾਜ਼ਾਂ ਤੋਂ ਕੀਰਤਨ ਹੁੰਦਾ ਰਿਹਾ ਤੇ ਫਿਰ ਸੰਤ ਅਤਰ ਸਿੰਘ ਜੀ ਨੇ ਆ ਕੇ ਰਾਵਲਪਿੰਡੀ ਤੋਂ ਇੱਕ ਜੋੜੀ ਮੰਗਵਾਈ, ਮਤਲਬ ਇੱਕ ਤਬਲਾ ਮੰਗਵਾਇਆ। ਕਿੰਨਾ ਸਮਾਂ ਆਪ ਜੀ ਤਬਲੇ ਉੱਪਰ ਹੀ ਕੀਰਤਨ ਕਰਦੇ ਰਹਿੰਦੇ। ਤਬਲੇ ਉੱਪਰ ਸੰਗਤ ਜੀ ਬਾਬਾ ਅਤਰ ਸਿੰਘ ਜੀ ਆਪ ਕੀਰਤਨ ਕਰਦੇ ਸਨ। ਥੋੜੇ ਸਮੇਂ ਬਾਅਦ ਭਾਈ ਰਾਮ ਸਿੰਘ ਜੀ ਦਾ ਜਥਾ ਆਪ ਜੀ ਕੋਲ ਪੁੱਜ ਗਿਆ ਤੇ ਫਿਰ ਕੀਰਤਨ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਸੀ। 1897 ਈਸਵੀ ਵਿੱਚ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਹਾਜ਼ਰੀ ਭਰੀ ਸੀ ਤਾਂ ਕੀਰਤਨ ਕੀਤਾ ਸੀ। 1898 ਈਸਵੀ ਵਿੱਚ ਆਪ ਜੀ ਨੇ ਹਰਿਮੰਦਰ ਸਾਹਿਬ ਵਿੱਚ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ। ਬਾਬਾ ਜੀ ਰਾਗ ਪਾ ਕੇ ਕੀਰਤਨ ਬਾਬਾ ਜੀ ਨੇ ਰਾਗ ਪਾ ਕੇ ਕੀਰਤਨ ਕੀਤਾ। ਬਾਬਾ ਜੀ ਨੇ ਜਦੋਂ ਫਿਰ ਪਿੰਡ ਪਿੰਡ ਜਾ ਕੇ ਦੀਵਾਨ ਲਗਾ ਕੇ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਜਦੋਂ ਬਾਬਾ ਜੀ ਕਿਸੇ ਵੀ ਥਾਂ ਦੀਵਾਨ ਲਗਾਉਣ ਜਾਂਦੇ ਤਾਂ ਭੇਟਾ ਨਹੀਂ ਮੰਗਦੇ ਸੀ ਤੇ ਜਿੰਨਾ ਪੈਸਾ ਸੰਗਤ ਜੀ ਆਪ ਜੀ ਨੂੰ ਦਿੰਦੀ ਉਹ ਪੈਸਾ ਵੀ ਆਪ ਜੀ ਉੱਥੇ ਹੀ ਛੱਡ ਕੇ ਆ ਜਾਂਦੇ ਤੇ ਬਚਨ ਕਰਦੇ ਕਿ ਭਾਈ ਇਹ ਪੈਸਾ ਜਾਂ ਤਾਂ ਗੁਰੂ ਘਰ ਲਗਾ ਦਿਓ ਨਹੀਂ ਤਾਂ ਸਕੂਲ ਵਿੱਚ ਖਰਚ ਕਰ ਲੈਣਾ ਜਾਂ ਕਿਸੇ ਹੋਰ ਸਾਂਝੇ ਥਾਂ ਤੇ ਸੇਵਾ ਕਰਵਾ ਦਿਓ। ਧਾਰਨਾ ਵਾਲਾ ਕੀਰਤਨ ਵੀ ਬਾਬਾ ਜੀ ਨੇ ਸ਼ੁਰੂ ਕੀਤਾ ਸੀ। ਇਹ ਧਾਰਨਾ ਕਿਉਂ ਸ਼ੁਰੂ ਕੀਤੀ? ਕਿਉਂਕਿ ਮਹਾਂਪੁਰਸ਼ਾਂ ਨੇ ਆਪਣਾ ਪ੍ਰਚਾਰ ਦਾ ਕੇਂਦਰ ਮਸਤੂਆਣਾ ਸਾਹਿਬ ਨੂੰ ਬਣਾਇਆ। ਇਹ ਮਾਲਵੇ ਦੇ ਇਲਾਕੇ ਵਿੱਚ ਹੈ। ਮਾਲਵੇ ਦਾ ਇਲਾਕਾ ਸਿੱਖੀ ਸਿਧਾਂਤਾਂ ਵਿੱਚ ਪਛੜਿਆ ਹੋਇਆ ਸੀ ਤੇ ਇਹਨਾਂ ਨੂੰ ਰਾਗ ਦੀ ਕੋਈ ਸੋਝੀ ਨਹੀਂ ਸੀ। ਅੱਜ ਵੀ ਰਾਗ ਦੀ ਸੋਝੀ ਲੋਕਾਂ ਨੂੰ ਬਹੁਤ ਘੱਟ ਹੈ, ਉਸ ਸਮੇਂ ਤਾਂ ਬਿਲਕੁਲ ਵੀ ਨਹੀਂ ਸੀ। ਉਹਨਾਂ ਹਾਲਾਤਾਂ ਨੂੰ ਵੇਖਦਿਆਂ ਬਾਬਾ ਜੀ ਨੇ ਧਾਰਨਾ ਵਿੱਚ ਕੀਰਤਨ ਕਰਨ ਦਾ ਤਰੀਕਾ ਅਪਣਾਇਆ। ਡਾਕਟਰ ਗੁਰਨੇਕ ਸਿੰਘ ਜੀ ਨੇ ਇੱਕ ਪਿਆਰੀ ਗੱਲ ਲਿਖੀ, ਕਹਿੰਦੇ ਕਿ ਬਾਬਾ ਜੀ ਰਾਗ ਪਾ ਕੇ ਕੀਰਤਨ ਕਰਦੇ ਸੀ, ਇੱਕ ਸ਼ਬਦ ਦਾ ਪਹਿਲੇ ਰਾਗ ਵਿੱਚ ਕੀਰਤਨ ਕਰਨਾ, ਫਿਰ ਉਹਦੀ ਵਿਆਖਿਆ ਕਰਨੀ, ਫਿਰ ਉਸ ਸ਼ਬਦ ਨੂੰ ਧਾਰਨਾ ਰੂਪ ਵਿੱਚ ਗਾਉਣਾ। ਇਹਦੇ 3 ਪ੍ਰਭਾਵ ਪੈਂਦੇ ਸੀ। ਇੱਕ ਤਾਂ ਸੰਗਤ ਨੂੰ ਰਾਗ ਦੀ ਸੋਝੀ ਪੈ ਜਾਂਦੀ ਸੀ, ਦੂਜਾ ਸ਼ਬਦ ਦਾ ਭਾਵ ਸੰਗਤ ਨੂੰ ਸਮਝ ਆ ਜਾਂਦਾ ਸੀ, ਤੀਜਾ ਉਹ ਸ਼ਬਦ ਸੰਗਤ ਨੂੰ ਕੰਠ ਵੀ ਹੋ ਜਾਂਦਾ ਸੀ। ਇਹ ਬਾਬਾ ਜੀ ਦਾ ਪ੍ਰਚਾਰ ਦਾ ਇੱਕ ਨਵੇਕਲਾ ਤਰੀਕਾ ਸੀ। ਪ੍ਰਚਾਰ ਦੇ ਖੇਤਰ ਵਿੱਚ ਅਸੀਂ ਜਦੋਂ ਦੂਸਰੇ ਧਰਮਾਂ ਨਾਲੋਂ 30-35 ਪ੍ਰਚਾਰ ਦੇ ਖੇਤਰ ਵਿੱਚ ਅਸੀਂ ਅੱਜ ਵੀ ਦੂਸਰੇ ਧਰਮਾਂ ਨਾਲੋਂ 30-35 ਸਾਲ ਪਿੱਛੇ ਹਾਂ। ਤੁਸੀਂ ਦੇਖੋ ਸੰਗਤ ਜੀ, 1980 ਤੋਂ 82 ਤੱਕ, 80-82 ਦੇ ਸਮੇਂ ਵਿੱਚ ਟੀਵੀ ਆਇਆ ਸੀ। ਉਦੋਂ ਹੀ ਟੀਵੀ ਦੇ ਉੱਪਰ ਰਮਾਇਣ, ਮਹਾਭਾਰਤ, ਸ਼੍ਰੀ ਕ੍ਰਿਸ਼ਨਾ ਸੀਰੀਅਲ ਲਗਾਤਾਰ ਚੱਲਦੇ ਆਉਂਦੇ ਨੇ। ਉਦੋਂ ਤੋਂ ਇਸਲਾਮ ਧਰਮ ਦੇ ਆਪਣੇ ਸੀਰੀਅਲ ਚੱਲਦੇ ਨੇ, ਈਸਾਈਆਂ ਦੇ ਆਪਣੇ ਨਾਟਕ ਚੱਲਦੇ ਨੇ, ਪਰ ਸਿੱਖਾਂ ਦਾ ਲੜੀਵਾਰ ਕਦੀ ਨਹੀਂ ਚੱਲਿਆ। ਉਹਨਾਂ ਨੇ ਇਹ ਸੀਰੀਅਲ ਕਿੰਨੇ ਕੁ ਵਾਰੀ ਰਿਪੀਟ ਕਰ ਦਿੱਤੇ। ਸਾਨੂੰ ਵੀ ਚਾਹੀਦਾ ਕਿ ਬੱਚਿਆਂ ਲਈ ਕੁਝ ਟੈਲੀਵਿਜ਼ਨ ਟੈਲੀਫਿਲਮਾਂ ਬਣਨ ਜਿਸ ਦੇ ਨਾਲ ਬੱਚੇ, ਜਿਹੜੇ ਬੱਚੇ ਕਾਰਟੂਨ ਪਸੰਦ ਕਰਦੇ ਨੇ, ਕੋਈ ਸੀਰੀਅਲ ਵਗੈਰਾ ਤਿਆਰ ਹੋ ਸਕਦੇ ਨੇ ਜਿਨ੍ਹਾਂ ਰਾਹੀਂ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ, ਉਹਨਾਂ ਬੱਚਿਆਂ ਨੂੰ ਸਿੱਖੀ ਦੀਆਂ ਸਾਖੀਆਂ ਨਾਲ, ਸਾਹਿਬਜ਼ਾਦਿਆਂ ਨਾਲ ਜੋੜਿਆ ਜਾਵੇ। ਬੱਚੇ ਟੀਵੀ ਉੱਪਰ ਛੋਟਾ ਭੀਮ, ਸ਼ਕਤੀਵਾਨ ਵਗੈਰਾ ਸੀਰੀਅਲ ਦੇਖਦੇ ਸੀ ਤੇ ਉਸ ਤਰ੍ਹਾਂ ਦੇ ਕੱਪੜੇ ਵੀ ਪਾਉਂਦੇ ਨੇ, ਪਰ ਜੇ ਉਹਨਾਂ ਬੱਚਿਆਂ ਨੂੰ ਸਿੱਖੀ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਬਣਾ ਕੇ ਦਿਖਾਏ ਜਾਣ ਤਾਂ ਉਹ ਜ਼ਰੂਰ ਬੱਚੇ ਸਿੱਖਾਂ ਵਾਲੇ ਕੱਪੜੇ ਪਸੰਦ ਕਰਨਗੇ ਤੇ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਵੀ ਕਰਨਗੇ, ਸਿਰਾਂ ਤੇ ਦਸਤਾਰਾਂ ਵੀ ਸਜਾਉਣਗੇ। ਸੰਤ ਅਤਰ ਸਿੰਘ ਜੀ ਨੇ ਸਮੇਂ ਦੀ ਨਬਜ਼ ਨੂੰ ਪਛਾਣਿਆ ਸੀ ਕਿ ਪ੍ਰਚਾਰ ਕਿੱਦਾਂ ਕੀਤਾ ਜਾਵੇ
ਤੇ ਉਹਨਾਂ ਦੇ ਪ੍ਰਚਾਰ ਦਾ ਅਸਰ ਕਿੰਨਾ ਹੋਇਆ ਸੀ। ਗਿਆਨੀ ਮੋਹਨ ਸਿੰਘ ਜੀ ਵੈਦ ਇੱਕ ਵੱਡੇ ਵਿਦਵਾਨ ਹੋਏ ਨੇ। ਉਹ ਲਿਖਦੇ ਨੇ ਕਿ 1901 ਤੋਂ ਲੈ ਕੇ 1911 ਤੱਕ ਦੇ ਸਮੇਂ ਵਿੱਚ ਸਿੱਖਾਂ ਦੀ ਗਿਣਤੀ ਦੇ ਵਿੱਚ 9 ਲੱਖ ਦੀ ਗਿਣਤੀ ਦਾ ਵਾਧਾ ਹੋਇਆ ਹੈ। 1901 ਤੋਂ 1911 ਤੱਕ 10 ਸਾਲ ਦਾ ਸਮਾਂ, ਇਸ ਵਿੱਚ 9 ਲੱਖ ਦਾ ਵਾਧਾ ਹੋਇਆ ਸੀ। ਗਿਆਨੀ ਮੋਹਨ ਸਿੰਘ ਜੀ ਲਿਖਦੇ ਨੇ ਕਿ ਮੇਰੇ ਮੁਤਾਬਕ ਇਸ ਵਾਧੇ ਦਾ ਕਾਰਨ ਕੇਵਲ ਸੰਤ ਅਤਰ ਸਿੰਘ ਜੀ ਹਨ। ਇੱਕ ਵਾਰੀ ਸੰਤ ਅਤਰ ਸਿੰਘ ਜੀ ਰਾਵਲਪਿੰਡੀ ਦੇ ਲਾਗੇ ਪਿੰਡ ਹੈ ਨਡਾਲੀ, ਇਹ ਪਾਕਿਸਤਾਨ ਵਿੱਚ ਹੈ, ਉੱਥੇ ਗਏ। ਉੱਥੇ ਬਾਬਾ ਜੀ ਦੁਪਹਿਰ ਦੇ ਸਮੇਂ ਗਏ ਤੇ ਸ਼ਾਮ ਦਾ ਦੀਵਾਨ ਉੱਥੇ ਲਾਇਆ ਤੇ ਸਵੇਰੇ ਮਹਾਂਪੁਰਸ਼ਾਂ ਨੇ ਅੰਮ੍ਰਿਤ ਸੰਚਾਰ ਕਰਵਾਇਆ। ਸਿਰਫ ਇੱਕ ਦੀਵਾਨ ਲਾਇਆ ਤੇ ਇੱਕ ਦੀਵਾਨ ਦੀ ਆਉਟਪੁੱਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, ਉੱਥੇ 800 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਅੰਮ੍ਰਿਤ ਪ੍ਰਚਾਰ ਤਾਂ 1927 ਤੱਕ ਬਾਬਾ ਜੀ ਆਪਣੇ ਅੰਤਮ ਸਵਾਸਾਂ ਤੱਕ ਕਰਾਉਂਦੇ ਰਹੇ, ਪਰ ਇਹ ਸਰਵੇਖਣ ਸਿਰਫ 10 ਸਾਲ ਦਾ ਹੀ ਹੈ। ਬਾਕੀ ਤੁਸੀਂ ਹਿਸਾਬ ਲਾਓ ਕਿ ਮਹਾਂਪੁਰਸ਼ਾਂ ਨੇ ਕਿੰਨਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਹੋਵੇਗਾ। ਇੱਕ ਵਾਰ ਬਾਬਾ ਜੀ ਤਰਨ ਤਾਰਨ ਸਾਹਿਬ ਗਏ, ਉੱਥੇ ਦੇ ਪ੍ਰਬੰਧਕਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਕਰਵਾ ਰਹੇ ਹੋ, ਕਿਉਂ ਨਾ ਅੰਮ੍ਰਿਤ ਸੰਚਾਰ ਦੀ ਭੇਟਾ ਰੱਖ ਦਿੱਤੀ ਜਾਵੇ। ਕਹਿੰਦੇ ਬਾਬਾ ਜੀ ਹਰ ਅੰਮ੍ਰਿਤ ਭੁਲਾਖੀ ਕੋਲੋਂ 125 ਰੁਪਇਆ ਭੇਟਾ ਲਿਆ ਕਰੋ। ਬਾਬਾ ਜੀ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ, ਕਹਿੰਦੇ ਇਹੋ ਜਿਹੀਆਂ ਗੱਲਾਂ ਕਰਦੇ ਹੋ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਬਾਬਾ ਜੀ ਕਹਿਣ ਲੱਗੇ, ਭਲਿਓ ਅੰਮ੍ਰਿਤ ਦੀ ਕੋਈ ਭੇਟਾ ਨਹੀਂ ਹੁੰਦੀ, ਇਹ ਤਾਂ ਸਿਰ ਦੇ ਕੇ ਮਿਲਦਾ ਹੈ। ਜੇ ਤੁਸੀਂ ਕਹੋ ਕਿ 9 ਖੰਡ ਪ੍ਰਿਥਵੀ ਦਾ ਰਾਜ ਦੇ ਕੇ ਅੰਮ੍ਰਿਤ ਲੈ ਲਈਏ ਤਾਂ ਇਹ ਭੇਟਾ ਵੀ ਬਹੁਤ ਥੋੜੀ ਹੈ। ਬਾਬਾ ਜੀ ਕਹਿੰਦੇ ਕਿ ਇਸ ਪਰਮ ਅਮੋਲਕ ਵਸਤੂ ਦੀ ਭੇਟਾ ਅਸੀਂ ਨਹੀਂ ਨਿਸ਼ਚਿਤ ਕਰ ਸਕਦੇ। ਸੰਗਤ ਜੀ, ਉਹਨਾਂ ਦਿਨਾਂ ਵਿੱਚ ਅੰਮ੍ਰਿਤ ਵਿੱਚ ਵੀ ਫਰਕ ਕੀਤਾ ਜਾਂਦਾ ਸੀ। ਭਾਈਆਂ ਨੂੰ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਂਦਾ ਸੀ ਤੇ ਬੀਬੀਆਂ ਨੂੰ ਕਿਰਪਾਨ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਂਦਾ ਸੀ। ਜਦੋਂ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਕਰੜੇ ਸ਼ਬਦਾਂ ਵਿੱਚ ਇਸਦਾ ਵਿਰੋਧ ਕੀਤਾ ਤੇ ਕਿਹਾ ਕਿ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਬਾਟਾ ਸਭ ਲਈ ਸਾਂਝਾ ਹੈ, ਮਾਈਆਂ ਲਈ ਵੀ ਤੇ ਭਾਈਆਂ ਲਈ ਵੀ। ਸਾਰਿਆਂ ਨੂੰ ਸਿਰਫ ਖੰਡੇ ਦੀ ਪੌੜੀ ਛਕਾਉਣੀ ਚਾਹੀਦੀ ਹੈ, ਕਿਰਪਾਨ ਨਾਲ ਨਹੀਂ। ਇਸ ਤਰ੍ਹਾਂ ਸੰਗਤ ਜੀ, ਉਸ ਸਮੇਂ ਜਿਹੜੇ ਭਰਮ ਸੀ ਉਹਨਾਂ ਨੂੰ ਬਾਬਾ ਜੀ ਨੇ ਦੂਰ ਕੀਤਾ। ਇੱਕ ਹੀਰਾ ਸਿੰਘ ਜੀ ਗੁਰਮੁਖ ਹੋਏ ਨੇ, ਉਹ ਬਾਬਾ ਜੀ ਨੂੰ ਪੁੱਛਣ ਲੱਗੇ, ਕਹਿੰਦੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਹੋ ਸਕਦੇ ਨੇ? ਤਾਂ ਬਾਬਾ ਜੀ ਨੇ ਕਿਹਾ ਕਿ ਭਾਈ ਕਿਉਂ ਨਹੀਂ ਹੋ ਸਕਦੇ? ਕਹਿਣ ਲੱਗੇ ਕਿ ਭਾਈ ਕਲਗੀਧਰ ਜੀ ਸਦਾ ਹੀ ਆਪਣੇ ਖਾਲਸੇ ਦੇ ਅੰਗ ਸੰਗ ਹਨ, ਉਹਨਾਂ ਨੇ ਸਾਡੇ ਹਿਰਦੇ ਰੂਪੀ ਸਿੰਘਾਸਨ ਉੱਪਰ ਬੈਠਣਾ ਹੈ। ਜਦੋਂ ਸਾਡੇ ਹਿਰਦੇ ਰੂਪੀ ਸਿੰਘਾਸਨ ਔਗਣਾਂ ਤੇ ਵਿਸ਼ੇ ਵਿਕਾਰਾਂ ਤੋਂ ਖਾਲੀ ਹੋ ਗਿਆ ਤਾਂ ਇਸ ਸਿੰਘਾਸਨ ਦੇ ਉੱਪਰ ਕਲਗੀਧਰ ਪਾਤਸ਼ਾਹ ਜੀ ਬਿਰਾਜਮਾਨ ਵੀ ਹੋਣਗੇ ਤੇ ਉਹਨਾਂ ਦੇ ਦਰਸ਼ਨ ਵੀ ਹੋਣਗੇ। ਫਿਰ ਇੱਕ ਭਾਈ ਸ਼ੁੱਧ ਸਿੰਘ ਵੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਦੱਸ ਸਕਦੇ ਹੋ ਕਿ ਕਲਗੀਧਰ ਮਹਾਰਾਜ ਦਾ ਸਰੂਪ ਕਿਸ ਤਰ੍ਹਾਂ ਦਾ ਹੈ, ਕਲਗੀਧਰ ਪਾਤਸ਼ਾਹ ਜੀ ਕਿਸ ਤਰ੍ਹਾਂ ਦਿਸਦੇ ਹਨ? ਤਾਂ ਬਾਬਾ ਜੀ ਭਾਈ ਸ਼ੁੱਧ ਸਿੰਘ ਜੀ ਦੇ ਨੇੜੇ ਆਏ ਤੇ ਉਹਨਾਂ ਦੇ ਦਾੜ੍ਹ ਨੂੰ ਹੱਥ ਲਗਾ ਕੇ ਕਹਿਣ ਲੱਗੇ ਕਿ ਜਿਹੜਾ ਆਹ ਰੂਪ ਹੈ ਨਾ, ਇਹੀ ਕਲਗੀਧਰ ਜੀ ਦਾ ਰੂਪ ਹੈ। ਮਹਾਰਾਜ ਜੀ ਆਪ ਕਹਿੰਦੇ ਨੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਕਹਿੰਦੇ ਇਹ ਰੂਪ ਕਲਗੀਧਰ ਜੀ ਦਾ ਤਾਂ ਹੈ, ਕਹਿੰਦੇ ਅੰਦਰ ਬਾਣੀ ਤੇ ਬਾਹਰ ਬਾਣਾ, ਇਹੀ ਰੂਪ ਆ ਕਲਗੀਧਰ ਜੀ ਦਾ। ਹੋਰ ਸਤਿਗੁਰੂ ਜੀ ਨੂੰ ਬਾਹਰ ਭਾਲਣ ਦੀ ਕੋਸ਼ਿਸ਼ ਨਾ ਕਰੋ। ਸੰਗਤ ਜੀ, ਇਸ ਤਰ੍ਹਾਂ ਪ੍ਰਚਾਰ ਕਰਦੇ ਬਾਬਾ ਜੀ ਲਗਭਗ 1921 ਈਸਵੀ ਵਿੱਚ ਮਸਤੂਆਣੇ ਦੀ ਧਰਤੀ ਤੇ ਆਏ ਤੇ ਇਹ ਧਰਤੀ ਸੰਗਰੂਰ ਦੇ ਲਾਗੇ ਬਰਨਾਲੇ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਥਾਂ ਨੱਥਾ ਸਿੰਘ ਧਾਲੀਵਾਲ, ਜੋ ਬਡਰੁੱਖਾਂ ਦੇ ਰਹਿਣ ਵਾਲੇ ਸਨ, ਇਹ ਉਹਨਾਂ ਨੇ ਸੰਤ ਅਤਰ ਸਿੰਘ ਜੀ ਨੂੰ ਅਰਦਾਸ ਕਰਾਈ। ਇੱਥੇ ਬਾਬਾ ਜੀ ਨੇ ਗੁਰੂ ਘਰ ਦੀ ਸਥਾਪਨਾ ਸ਼ੁਰੂ ਕੀਤੀ। ਜਦੋਂ ਇਮਾਰਤ ਸੰਪੂਰਨ ਹੋ ਗਈ
ਤਾਂ ਸੰਗਤ ਨੇ ਪੁੱਛਿਆ ਕਿ ਬਾਬਾ ਜੀ ਅਸਥਾਨ ਦਾ ਨਾਮ ਕੀ ਰੱਖਣਾ। ਬਾਬਾ ਜੀ ਕਹਿਣ ਲੱਗੇ ਕਿ ਭਾਈ ਨਾਮ ਅਸੀਂ ਨਹੀਂ ਰੱਖਣਾ, ਇਹ ਤੇ ਗੁਰੂ ਜੀ ਨੇ ਹੁਕਮ ਕਰਨਾ। ਹੁਕਮਨਾਮਾ ਸਾਹਿਬ ਲਿਆ ਤੇ ਹੁਕਮਨਾਮਾ ਆਇਆ ਕਿ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਤੇ ਹੁਕਮਨਾਮੇ ਦੇ ਪਹਿਲੇ ਸ਼ਬਦ ਗੁਰਸਾਗਰ ਤੋਂ ਅਸਥਾਨ ਦਾ ਨਾਮ ਵੀ ਗੁਰਸਾਗਰ ਸਾਹਿਬ ਰੱਖਿਆ ਗਿਆ, ਜਿੱਥੇ ਉਹਨਾਂ ਨੇ ਮਸਤੂ ਨੇ ਗੁਰਦੁਆਰੇ ਸਾਹਿਬ ਦੀ ਸਥਾਪਨਾ ਕੀਤੀ। ਉੱਥੇ ਨਾਲ ਹੀ ਸਿੱਖਾਂ ਨੂੰ ਵਿਦਿਅਕ ਪੱਖੋਂ ਉੱਪਰ ਉੱਚਾ ਚੁੱਕਣ ਲਈ ਅਕਾਲ ਕਾਲਜ ਦੀ ਸਥਾਪਨਾ ਕੀਤੀ। ਡਾਕਟਰ ਅਮਰ ਸਿੰਘ ਜੀ ਨੇ ਸੰਤ ਅਤਰ ਸਿੰਘ ਜੀ ਉੱਪਰ PhD ਕੀਤੀ ਤੇ ਜਿਹਨੂੰ ਯੂਨੀਵਰਸਿਟੀ ਨੇ ਵੀ ਪ੍ਰਵਾਨਗੀ ਦੇ ਦਿੱਤੀ। ਇਹ ਪਹਿਲੇ ਸੰਤ ਹਨ ਜਿਨ੍ਹਾਂ ਉੱਪਰ ਕਿਸੇ ਨੇ PhD ਕੀਤੀ ਹੈ। ਇਹ ਅਕਾਲ ਕਾਲਜ ਵਿੱਚ ਬੱਚਿਆਂ ਨੂੰ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਸਨ। ਡਾਕਟਰ ਅਮਰ ਸਿੰਘ ਜੀ ਲਿਖਦੇ ਨੇ ਕਿ ਜਦੋਂ ਅਕਾਲ ਕਾਲਜ ਕਿੱਤਾ ਮੁਖੀ ਕੋਰਸ ਸ਼ੁਰੂ ਹੋਏ ਸਨ ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਵੀ ਕੋਰਸ ਹੋ ਸਕਦੇ ਹਨ। ਉਹਨਾਂ ਦੀ ਸੋਚਣ ਸ਼ਕਤੀ ਕਿੰਨੀ ਉੱਚੀ ਸੀ। ਇਸ ਤੋਂ ਇਲਾਵਾ ਸੰਤ ਅਤਰ ਸਿੰਘ ਜੀ ਨੇ ਵਿਦਵਾਨ ਵੀ ਬੜੇ ਪੈਦਾ ਕੀਤੇ। ਸੰਤਾਂ ਕੋਲ ਇੱਕ ਨਾਨਕ ਚੰਦ ਦਾ ਨਾਂ ਦਾ ਲੜਕਾ ਆਇਆ। ਉਹਨੇ ਸੰਤਾਂ ਦੇ ਬਚਨ ਸੁਣੇ ਤੇ ਬਚਨ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ ਤੇ ਅੰਮ੍ਰਿਤ ਛਕਣ ਤੋਂ ਬਾਅਦ ਉਹਦਾ ਨਾਮ ਹੋ ਗਿਆ ਤਾਰਾ ਸਿੰਘ। ਇਹ ਉਹੀ ਤਾਰਾ ਸਿੰਘ ਜੋ ਬਾਅਦ ਵਿੱਚ ਮਾਸਟਰ ਤਾਰਾ ਸਿੰਘ ਬਣੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਵੀ ਕੀਤੀ ਤੇ ਲਗਭਗ 40 ਸਾਲ ਮਾਸਟਰ ਤਾਰਾ ਸਿੰਘ ਜੀ ਨੇ ਸਿੱਖ ਪੰਥ ਦੀ ਅਗਵਾਈ ਕੀਤੀ। ਇਹਨਾਂ ਤੋਂ ਬਿਨਾਂ ਇੱਕ ਹੋਰ ਵਿਅਕਤੀ ਆਇਆ, ਨਿਰੰਜਨ ਦਾਸ ਮਹਿਤਾ, ਜੋ ਇੰਨਾ ਕੱਟੜ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਵੀ ਬੁੱਤ ਪ੍ਰਸਤੀ ਸਮਝਦਾ ਸੀ। ਇਸ ਉੱਪਰ ਵੀ ਬਾਬਾ ਜੀ ਦੇ ਬਚਨਾਂ ਦਾ ਇੰਨਾ ਪ੍ਰਭਾਵ ਪਿਆ ਕਿ ਉਹ ਵੀ ਅੰਮ੍ਰਿਤ ਛੱਕ ਕੇ ਤੇਜਾ ਸਿੰਘ ਬਣ ਗਿਆ। ਇਹੀ ਬਾਅਦ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਬਣੇ। ਫਿਰ ਉਹਨਾਂ ਨੂੰ ਪੜ੍ਹਨ ਲਈ ਇੰਗਲੈਂਡ, ਕੈਂਬਰਿਜ ਯੂਨੀਵਰਸਿਟੀ ਤੇ ਅਮਰੀਕਾ ਦੇ ਹਾਰਵਰਡ ਯੂਨੀਵਰਸਿਟੀ ਵਿੱਚ ਸੰਤ ਅਤਰ ਸਿੰਘ ਜੀ ਨੇ ਪੜ੍ਹਨ ਲਈ ਭੇਜਿਆ ਤੇ ਉੱਥੋਂ ਪੜ੍ਹ ਕੇ ਆਏ। ਫਿਰ ਅਕਾਲ ਕਾਲਜ ਦੇ ਪਹਿਲੇ ਪ੍ਰਿੰਸੀਪਲ ਬਣੇ ਤੇ ਸਿਮਰਨ ਸਾਧਨਾ ਇੰਨੀ ਕੀਤੀ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਸੰਗਤ ਬਾਅਦ ਵਿੱਚ ਸੰਤ ਤੇਜਾ ਸਿੰਘ ਜੀ ਕਹਿਣ ਲੱਗ ਪਏ ਸੀ। ਮੇਹਰ ਸਿੰਘ DC, ਕਰਮ ਸਿੰਘ ਹਿਸਟੋਰੀਅਨ ਤੇ ਸਾਹਿਬ ਸਿੰਘ ਜੀ ਨੂੰ ਬਾਬਾ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕਣ ਦਾ ਮਾਣ ਪ੍ਰਾਪਤ ਹੈ। ਕਰਮ ਸਿੰਘ ਹਿਸਟੋਰੀਅਨ ਦਾ ਪਹਿਲਾ ਨਾਮ ਮਹਿਰਾਜ ਸਿੰਘ ਸੀ। ਇਹਨਾਂ ਨੇ ਜਦੋਂ ਬਾਬਾ ਅਤਰ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਬਾਬਾ ਜੀ ਨੇ ਕਹਿ ਦਿੱਤਾ ਸੀ ਕਿ ਇਹ ਤਾਂ ਬਹੁਤ ਵੱਡੇ ਫਿਲਾਸਫਰ ਹਨ ਤੇ ਸੰਗਤ ਜੀ ਇਹ ਅੰਮ੍ਰਿਤ ਛਕ ਕੇ ਕਰਮ ਸਿੰਘ ਬਣੇ ਤੇ ਪੰਥ ਦੇ ਬਹੁਤ ਵੱਡੇ ਹਿਸਟੋਰੀਅਨ ਕਰਕੇ ਪ੍ਰਸਿੱਧ ਹਨ। ਸੰਤ ਅਤਰ ਸਿੰਘ ਜੀ ਨੇ ਬਹੁਤ ਸਾਰੇ ਵਿਦਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਪੜ੍ਹਨ ਲਈ ਭੇਜਿਆ। ਇੱਕ ਤਾਂ ਉਹ ਵਿਦੇਸ਼ਾਂ ਵਿੱਚੋਂ ਪੜ੍ਹ ਕੇ ਆਏ, ਦੂਸਰਾ ਸਿੱਖੀ ਦੀ ਛਾਪ ਵਿਦੇਸ਼ਾਂ ਵਿੱਚ ਛੱਡ ਕੇ ਆਏ। ਸੰਤ ਅਤਰ ਸਿੰਘ ਜੀ ਦਾ ਵਿਦਿਆ ਪ੍ਰਤੀ ਪ੍ਰੇਮ ਦੇਖ ਕੇ ਆਪ ਜੀ ਨੂੰ 1914 ਈਸਵੀ ਦੇ ਵਿੱਚ ਪੰਡਿਤ ਮੋਹਨ ਮਾਲਵੀਆ ਨੇ ਬਨਾਰਸ ਵਿੱਚ ਹਿੰਦੂ ਯੂਨੀਵਰਸਿਟੀ ਦੇ ਵਿੱਚ ਸੰਸਕ੍ਰਿਤ ਕਾਲਜ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦਿੱਤਾ। ਆਪ ਜੀ ਨੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਉੱਥੇ 5 ਅਖੰਡ ਪਾਠ ਕਰਵਾਏ, ਫਿਰ ਨੀਂਹ ਪੱਥਰ ਰੱਖਿਆ। ਇੱਥੋਂ ਜਦੋਂ ਬਾਬਾ ਜੀ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ 5-7 ਮੁਸਲਮਾਨ ਬੈਠੇ ਹੂਕਾ ਪੀ ਰਹੇ ਸਨ। ਬਾਬਾ ਜੀ ਨੇ ਦੇਖਿਆ ਤੇ ਸਾਥੀਆਂ ਨੂੰ ਬੋਲਿਆ ਕਿ ਇੱਥੇ ਰੁਕੋ ਤੇ ਸਾਜ ਖੋਲੋ। ਸਾਥੀਆਂ ਨੇ ਕਿਹਾ ਬਾਬਾ ਜੀ ਇੱਥੇ? ਕਹਿੰਦੇ ਹਾਂ ਅਸੀਂ ਇੱਥੇ ਕੀਰਤਨ ਕਰਾਂਗੇ। ਬਾਬਾ ਜੀ ਨੇ ਜਾ ਕੇ ਉਹਨਾਂ ਮੁਸਲਮਾਨਾਂ ਨੂੰ ਕਿਹਾ ਕਿ ਤੁਸੀਂ ਹੂਕੇ ਛੱਡੋ ਤੇ ਥੋੜਾ ਸਮਾਂ ਸਾਡੇ ਕੋਲ ਆ ਕੇ ਬੈਠੋ। ਉਹਨਾਂ ਮੁਸਲਮਾਨਾਂ ਨੇ ਉਜ਼ੂ ਕੀਤਾ ਤੇ ਆ ਕੇ ਬੈਠ ਗਏ। ਉਹਨਾਂ ਨੂੰ ਬਾਬਾ ਜੀ ਨੇ ਤਿਲੰਗ ਰਾਗ ਵਿੱਚ ਇੱਕ ਸ਼ਬਦ ਸੁਣਾਇਆ। ਸ਼ਬਦ ਕਿਹੜਾ ਸੀ? ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ। ਇਹ ਸ਼ਬਦ ਸੁਣਦਿਆਂ ਹੀ ਉਹਨਾਂ ਨੇ ਪ੍ਰਣ ਕਰ ਲਿਆ ਕਿ ਅਸੀਂ ਅੱਜ ਤੋਂ ਬਾਅਦ ਤੰਬਾਕੂ ਨਹੀਂ ਪੀਵਾਂਗੇ। ਉਸ ਸਮੇਂ ਆਲ ਇੰਡੀਆ ਐਨੂਅਲ ਵਿਦਿਆ ਕਾਨਫਰੰਸ ਹੁੰਦੀ ਸੀ।
ਉਸ ਕਾਨਫਰੰਸ ਵਿੱਚ ਆਪ ਜੀ ਨੂੰ ਬੁਲਾਇਆ ਜਾਂਦਾ ਸੀ। ਆਪ ਜੀ ਨੇ ਲਗਭਗ 9 ਵਿਦਿਅਕ ਕਾਨਫਰੰਸਾਂ ਵਿੱਚ ਹਿੱਸਾ ਲਿਆ। ਉਹਨਾਂ ਵਿੱਚੋਂ 8ਵੀਂ ਵਿਦਿਅਕ ਕਾਨਫਰੰਸ ਫਿਰੋਜ਼ਪੁਰ ਵਿਖੇ ਹੋਈ ਸੀ 13, 14, 15 ਅਕਤੂਬਰ 1915 ਨੂੰ। ਉਹ ਜਿਹੜੀ ਕਾਨਫਰੰਸ ਹੋਈ ਉਹਦੀ ਪ੍ਰਧਾਨਗੀ ਬਾਬਾ ਜੀ ਨੂੰ ਦਿੱਤੀ ਗਈ। ਉਸ ਪ੍ਰਧਾਨਗੀ ਭਾਸ਼ਣ ਵਿੱਚ ਬਾਬਾ ਜੀ ਨੇ ਕਿਹਾ ਕਿ ਜਿੱਥੇ ਲੜਕਿਆਂ ਲਈ ਵਿੱਦਿਆ ਜ਼ਰੂਰੀ ਹੈ, ਉੱਥੇ ਲੜਕੀਆਂ ਲਈ ਵੀ ਵਿੱਦਿਆ ਜ਼ਰੂਰੀ ਹੈ। ਤੁਸੀਂ ਲੜਕਿਆਂ ਲਈ ਤਾਂ ਸਕੂਲ ਕਾਲਜ ਖੋਲ੍ਹਦੇ ਹੋ, ਲੜਕੀਆਂ ਲਈ ਵੀ ਆਪਾਂ ਸਕੂਲ ਕਾਲਜ ਖੋਲ੍ਹੀਏ ਜਿੱਥੇ ਸਾਡੀਆਂ ਬੱਚਿਆਂ ਨੂੰ ਉੱਚ ਸਿੱਖਿਆ ਦਿੱਤੀ ਜਾਵੇ। ਉੱਥੇ ਆਪ ਜੀ ਨੂੰ ਇੱਕ ਸਿੱਖ ਨੇ ਪ੍ਰਸ਼ਨ ਕਰ ਦਿੱਤਾ ਕਿ ਬਾਬਾ ਜੀ, ਵਿੱਦਿਆ ਜ਼ਰੂਰੀ ਹੈ ਜਾਂ ਸਿਮਰਨ ਜ਼ਰੂਰੀ ਹੈ? ਬਾਬਾ ਜੀ ਨੇ ਕਿਹਾ, ਭਲਿਆ, ਸਿੱਖ ਲਈ ਦੋਨੋਂ ਹੀ ਜ਼ਰੂਰੀ ਨੇ। ਪੜ੍ਹ ਕੇ ਸੰਸਾਰ ਵਿੱਚ ਚੰਗਾ ਰੁਤਬਾ ਮਿਲਦਾ ਹੈ ਤੇ ਸਿਮਰਨ ਕਰਕੇ ਨਿਰੰਕਾਰ ਦੇ ਪਾਸ ਚੰਗਾ ਰੁਤਬਾ ਹਾਸਲ ਕੀਤਾ ਜਾ ਸਕਦਾ ਹੈ। ਇਸੇ ਕਾਨਫਰੰਸ ਵਿੱਚ ਚੀਫ ਖਾਲਸਾ ਦੀਵਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਬਾਬਾ ਜੀ ਨੂੰ ਸੰਤ ਦੀ ਉਪਾਧੀ ਦਿੱਤੀ ਸੀ ਤੇ ਕਿਹਾ ਕਿ ਬਾਬਾ ਜੀ ਜਿੰਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਤ ਦੇ ਗੁਣ ਲਿਖੇ ਹੋਏ ਨੇ, ਉਹਨੇ ਗੁਣ ਆਪ ਜੀ ਦੇ ਵਿੱਚ ਵੀ ਮੌਜੂਦ ਹਨ। ਦਸੰਬਰ 1911 ਈਸਵੀ ਵਿੱਚ ਦਿੱਲੀ ਰਾਜਾ ਰਾਜਾ ਜਾਰਜ ਪੰਚਮ ਦੀ ਤਾਜਪੋਸ਼ੀ ਹੋਈ। ਉਸਨੇ ਐਲਾਨ ਕੀਤਾ ਸੀ ਕਿ ਜਿਸ ਦਿਨ ਮੇਰੀ ਤਾਜਪੋਸ਼ੀ ਹੋਵੇ ਉਸ ਦਿਨ ਹਿੰਦੁਸਤਾਨ ਦੇ ਸਾਰੇ ਰਾਜੇ ਮਹਾਰਾਜੇ ਹਾਜ਼ਰ ਹੋਣ। ਦਿੱਲੀ ਦੇ ਰਾਜਿਆਂ ਨੇ ਮਹਾਰਾਜਾ ਹੀਰਾ ਸਿੰਘ ਨੂੰ ਸੱਦਾ ਭੇਜਿਆ। ਮਹਾਰਾਜਾ ਹੀਰਾ ਸਿੰਘ ਜੀ ਵੀ ਨੇ ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਆਪ ਜੀ ਸਾਡੇ ਨਾਲ ਦਿੱਲੀ ਚੱਲੋ, ਜਾਰਜ ਪੰਚਮ ਦੀ ਤਾਜਪੋਸ਼ੀ ਹੋਣੀ ਹੈ। ਬਾਬਾ ਜੀ ਕਹਿੰਦੇ, ਚਲੋ ਭਾਈ। ਬਾਬਾ ਜੀ ਟ੍ਰੇਨ ਦੇ ਰਾਹੀਂ ਦਿੱਲੀ ਪਹੁੰਚੇ ਤੇ ਦਿੱਲੀ ਦਰਬਾਰ ਵਿੱਚ ਪਹੁੰਚ ਗਏ ਜਿੱਥੇ ਤਾਜਪੋਸ਼ੀ ਹੋਣੀ ਸੀ। ਜਦੋਂ ਜਾਰਜ ਪੰਚਮ ਆਇਆ ਤਾਂ ਸਾਰੇ ਉੱਠ ਕੇ ਖਲੋ ਗਏ, ਪਰ ਬਾਬਾ ਜੀ ਇਕੱਲੇ ਬੈਠੇ ਰਹੇ, ਉੱਠੇ ਨਹੀਂ। ਜਾਰਜ ਪੰਚਮ ਨੇ ਨੇੜੇ ਆ ਕੇ ਆਪਣੇ ਸਾਥੀ ਨੂੰ ਪੁੱਛਿਆ, ਕਹਿੰਦਾ, ਇਹ ਕੌਣ ਨੇ? ਤਾਂ ਉਹਨੇ ਦੱਸਿਆ ਕਿ ਇਹ ਸਿੱਖਾਂ ਦੇ ਸੰਤ ਹਨ ਤੇ ਬੜੇ ਸਤਿਕਾਰਯੋਗ ਹਨ। ਬਾਬਾ ਜੀ ਦੀ ਸ਼ਖਸੀਅਤ ਤੋਂ ਜਾਰਜ ਪੰਚਮ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਉਹਨੇ ਆਪਣੀ ਟੋਪੀ ਉਤਾਰ ਕੇ ਬਾਬਾ ਜੀ ਨੂੰ ਸਿਰ ਝੁਕਾਇਆ ਸੀ ਤੇ ਅਗਲੇ ਹੀ ਦਿਨ ਦਿੱਲੀ ਦੇ ਵਿੱਚ ਰਾਜਿਆਂ ਮਹਾਰਾਜਿਆਂ ਨੇ ਸਲਾਹ ਕੀਤੀ ਕਿ ਅਸੀਂ ਦਿੱਲੀ ਵਿੱਚ ਇੱਕ ਨਗਰ ਕੀਰਤਨ ਕੱਢੀਏ ਤੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ, ਆਪਾਂ ਕੱਲ ਨਗਰ ਕੀਰਤਨ ਕੱਢਣਾ ਹੈ। ਸਭ ਤੋਂ ਅੱਗੇ ਸੋਨੇ ਦੀ ਪਾਲਕੀ ਦੇ ਵਿੱਚ ਹਾਥੀ ਉੱਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਵੇਗਾ, ਉਸ ਤੋਂ ਪਿੱਛੇ ਆਪ ਜੀ ਦਾ ਕੀਰਤਨੀ ਜੱਥਾ ਹੋਵੇਗਾ, ਉਹਨਾਂ ਤੋਂ ਪਿੱਛੇ ਅਸੀਂ ਸਾਰੇ ਰਾਜੇ ਮਹਾਰਾਜੇ ਹੋਵਾਂਗੇ। ਜੇ ਆਪ ਜੀ ਕਹੋ ਤਾਂ ਇਸ ਤਰ੍ਹਾਂ ਚੱਲੀਏ। ਤਾਂ ਬਾਬਾ ਜੀ ਕਹਿੰਦੇ, ਚਲੋ ਭਾਈ। ਸਾਧ ਸੰਗਤ ਜੀ, ਨਗਰ ਕੀਰਤਨ ਆਰੰਭ ਕਰ ਲਿਆ ਗਿਆ। ਹਾਥੀ ਦੇ ਉੱਪਰ ਸੋਨੇ ਦੀ ਪਾਲਕੀ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਚੌਰ ਸਾਹਿਬ ਹੋ ਰਿਹਾ ਹੈ। ਉਸ ਤੋਂ ਪਿਛਲੇ ਹਾਥੀ ਉੱਪਰ ਬਾਬਾ ਜੀ ਤੇ ਕੀਰਤਨੀ ਜਥਾ ਬੈਠਾ ਹੋਇਆ। ਜਦੋਂ ਇਹ ਨਗਰ ਕੀਰਤਨ ਜਾਰਜ ਪੰਚਮ ਦੀ ਰਿਹਾਇਸ਼ ਕੋਲੋਂ ਲੰਘਿਆ ਤਾਂ ਉਸ ਸਮੇਂ ਜਾਰਜ ਪੰਚਮ ਆਪਣੇ ਵਾਇਸ ਰਾਏ ਤੇ ਸਾਥੀਆਂ ਸਮੇਤ ਛੱਤ ਦੇ ਉੱਪਰ ਖੜਾ ਹੋ ਕੇ ਦੇਖ ਰਿਹਾ ਸੀ। ਉੱਥੇ ਸੰਤ ਬਾਬਾ ਅਤਰ ਸਿੰਘ ਜੀ ਨੇ ਆਪਣੀ ਰਸਨਾ ਤੋਂ ਇੱਕ ਸ਼ਬਦ ਪੜ੍ਹਿਆ। ਸ਼ਬਦ ਸੀ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹਾ ਕਿ ਇਹ ਔਰੰਗਜ਼ੇਬ, ਜਾਂ ਤਾਂ ਆਪਣੇ ਕਰਮ ਬਦਲ ਜਾਂ ਆਪਣਾ ਨਾਮ ਬਦਲ, ਕਿਉਂਕਿ ਔਰੰਗਜ਼ੇਬ ਦਾ ਅਰਥ ਹੈ ਤਖਤ ਦੀ ਸ਼ੋਭਾ, ਤੂੰ ਤਖਤ ਦੀ ਸ਼ੋਭਾ ਨਹੀਂ ਹੈ। ਗੁਰੂ ਸਾਹਿਬ ਜੀ ਦੇ ਪਾਏ ਪੂਰਨੇ ਤੇ ਚੱਲਦਿਆਂ ਹੀ ਬਾਬਾ ਜੀ ਨੇ ਇਹ ਸ਼ਬਦ ਜਾਰਜ ਪੰਚਮ ਦੇ ਸਾਹਮਣੇ ਪੜਿਆ ਸੀ ਕਿ ਜਾਰਜ ਪੰਚਮ, ਕਾਹਦਾ ਮਾਣ ਕਰਦਾ ਹੈ, ਤੁਸੀਂ ਤਾਂ ਝੂਠੇ ਰਾਜੀ ਹੋ। ਇਹ ਸੁਣ ਕੇ ਉੱਥੇ ਖੜੇ ਪਾਦਰੀ ਨੇ ਕਿਹਾ ਕਿ ਜੇ ਇਹਨਾਂ ਵਰਗਾ ਇਨਸਾਨ ਸਾਡੇ ਧਰਮ ਵਿੱਚ ਪੈਦਾ ਹੋ ਜਾਂਦਾ ਤਾਂ ਅੱਜ ਅਸੀਂ ਸਾਰੀ ਦੁਨੀਆ ਈਸਾਈਆਂ ਦੀ ਬਣਾ ਦਿੰਦੇ। ਇੰਨਾ ਉਹ ਸੰਤ ਅਤਰ ਸਿੰਘ ਜੀ ਤੇ ਮਾਣ ਕਰਦੇ ਸਨ।
ਇਸ ਤੋਂ ਬਾਅਦ ਬਾਬਾ ਜੀ ਫਿਰ ਵਾਪਸ ਮਸਤੂਣੇ ਪਹੁੰਚ ਗਏ। ਇੱਕ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ ਸੀ, ਉਹ ਸੰਗਤਾਂ ਨੂੰ ਸੱਚਖੰਡ ਦੀ ਵਿਆਖਿਆ ਸੁਣਾ ਰਹੇ ਸਨ। ਕਹਿ ਰਹੇ ਸਨ ਕਿ ਸੱਚਖੰਡ ਬੇਗਮਪੁਰਾ ਹੁੰਦਾ ਹੈ, ਉੱਥੇ ਕੋਈ ਦੁੱਖ ਨਹੀਂ ਹੁੰਦਾ। ਕਈ ਦਲੀਲਾਂ ਦੇ ਕੇ ਪ੍ਰਿੰਸੀਪਲ ਗੰਗਾ ਸਿੰਘ ਜੀ ਸੰਗਤਾਂ ਨੂੰ ਸੱਚਖੰਡ ਤੋਂ ਜਾਣੂ ਕਰਵਾ ਰਹੇ ਸਨ। ਜਦੋਂ ਗੰਗਾ ਸਿੰਘ ਜੀ ਲੈਕਚਰ ਦੀ ਸਮਾਪਤੀ ਕਰਕੇ ਆਏ ਤਾਂ ਬਾਬਾ ਜੀ ਨੇ ਕਿਹਾ ਕਿ ਗੰਗਾ ਸਿੰਘ ਜੀ, ਤੁਸੀਂ ਬਹੁਤ ਸੋਹਣਾ ਲੈਕਚਰ ਦਿੱਤਾ ਹੈ, ਬਹੁਤ ਸੋਹਣਾ ਵਿਖਿਆਨ ਕੀਤਾ ਹੈ। ਆ ਜਿਹੜਾ ਤੁਸੀਂ ਸੱਚਖੰਡ ਬਾਰੇ ਸੰਗਤਾਂ ਨੂੰ ਜਾਣੂ ਕਰਵਾ ਰਹੇ ਸੀ, ਤੁਸੀਂ ਆਪ ਕਦੀ ਦਰਸ਼ਨ ਕੀਤੇ ਨੇ? ਜਿਸ ਬੇਗਮਪੁਰੇ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਤੁਸੀਂ ਕਦੀ ਵੇਖਿਆ? ਗੰਗਾ ਸਿੰਘ ਜੀ ਕਹਿੰਦੇ ਮੈਂ ਕਿਹਾ ਬਾਬਾ ਜੀ, ਇਹ ਤਾਂ ਕਹਿਣ ਕਹਾਉਣ ਦੀਆਂ ਗੱਲਾਂ ਨੇ, ਇਹ ਤਾਂ ਬਾਣੀ ਵਿੱਚ ਲਿਖਿਆ ਹੋਇਆ। ਮੈਂ ਕਹਿ ਦਿੱਤਾ ਮੇਰਾ ਤਾਂ ਕੰਮ ਹੈ ਪ੍ਰਚਾਰ ਕਰਨਾ ਤੇ ਪੈਸੇ ਕਮਾਉਣੇ। ਕਹਿੰਦੇ ਸੱਚਖੰਡ ਕੀ ਨੇ ਦੇਖਣਾ, ਇਹ ਤਾਂ ਕਹਿਣ ਕਹਾਉਣ ਦੀਆਂ ਗੱਲਾਂ ਨੇ। ਬਾਬਾ ਜੀ ਕਹਿੰਦੇ ਫਿਰ ਅਸੀਂ ਦਿਖਾਈਏ। ਤਾਂ ਗੰਗਾ ਸਿੰਘ ਜੀ ਕਹਿੰਦੇ ਕਰੋ ਕਿਰਪਾ। ਤਾਂ ਬਾਬਾ ਜੀ ਨੇ ਸਮਾਧੀ ਲਾ ਲਈ। ਇਹ ਗੱਲ ਗੰਗਾ ਸਿੰਘ ਜੀ ਨੇ ਆਪਣੇ ਕਲਮ ਤੋਂ ਖੁਦ ਲਿਖੀ ਹੈ। ਕਹਿੰਦੇ ਕਿ ਬਾਬਾ ਜੀ ਚੌਂਕੜਾ ਮਾਰ ਕੇ ਬੈਠ ਗਏ ਤੇ ਨੇਤਰ ਬੰਦ ਨੇ, ਕੇਵਲ ਬੁੱਲ ਫਰਕਦੇ ਪਏ ਨੇ। ਬੁੱਲਾਂ ਵਿੱਚ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਕਹਿੰਦੇ ਬਾਬਾ ਜੀ ਉਸ ਸਮੇਂ ਬਾਬਾ ਜੀ ਦਾ ਤੇਜ ਪ੍ਰਤਾਪ ਇਹੋ ਜਿਹਾ ਸੀ ਕਿ ਮੇਰੇ ਤੋਂ ਝੱਲਿਆ ਨਹੀਂ ਜਾਂਦਾ ਸੀ। ਗੰਗਾ ਸਿੰਘ ਜੀ ਕਹਿੰਦੇ ਕਿ ਮੈਨੂੰ ਬਾਬਾ ਜੀ ਨੇ ਗੁੱਟ ਤੋਂ ਫੜਿਆ ਤੇ ਮੇਰੀ ਇਹੋ ਜਿਹੀ ਸਮਾਧੀ ਲੱਗੀ ਤੇ ਮੇਰੇ ਉੱਪਰ ਇਹੋ ਜਿਹਾ ਰੰਗ ਚੜ ਗਿਆ ਕਿ ਮੈਂ ਪੂਰਾ ਸ਼ਰਧਾਲੂ ਬਣ ਗਿਆ। ਕਹਿੰਦੇ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ ਕਲਪਨਾ ਆਖਦਾ ਸੀ, ਉਹ ਉਹਨਾਂ ਦਾ ਸਤਿਕਾਰ ਕਰਨ ਲੱਗ ਪਏ ਤੇ ਉਸ ਅਵਸਥਾ ਤੱਕ ਪਹੁੰਚ ਵੀ ਗਏ। ਸੰਗਤ ਜੀ ਉਸ ਸਮੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਿਜਲੀ ਦਾ ਪ੍ਰਬੰਧ ਨਹੀਂ ਸੀ। ਇੱਧਰ ਰਾਜਾ ਰੁਕਦਮਨ ਸਿੰਘ ਦੇ ਘਰ ਪੁੱਤਰ ਦਾ ਜਨਮ ਹੋਇਆ ਤੇ ਹਜ਼ੂਰ ਸਾਹਿਬ ਤੇ ਇੱਕ ਸਿੰਘ ਦਸਤਾਰ ਤੇ ਪ੍ਰਸ਼ਾਦ ਲੈ ਕੇ ਆਇਆ। ਉਹਨਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਹਜ਼ੂਰ ਸਾਹਿਬ ਨਗਰ ਕੀਰਤਨ ਦੇ ਨਾਲ ਜਾਣ ਵਾਲਾ ਜਿਹੜਾ ਘੋੜਾ ਹੈ ਉਹ ਬੁੱਢਾ ਹੋ ਗਿਆ, ਸਾਨੂੰ ਹੁਣ ਇੱਕ ਘੋੜਾ ਚਾਹੀਦਾ ਤੇ ਦੂਸਰਾ ਉੱਥੇ ਬਿਜਲੀ ਦਾ ਪ੍ਰਬੰਧ ਨਹੀਂ ਹੈ। ਜੇ ਤੁਸੀਂ ਰਾਜਾ ਰੁਕਦਮਨ ਸਿੰਘ ਨੂੰ ਕਹਿ ਕੇ ਬਿਜਲੀ ਦਾ ਪ੍ਰਬੰਧ ਕਰਵਾ ਦਿਓ। ਤਾਂ ਸੰਤ ਅਤਰ ਸਿੰਘ ਜੀ ਨੇ ਇਹ ਸੁਣ ਕੇ ਮਹਾਰਾਜ ਰੁਕਦਮਨ ਸਿੰਘ ਨੂੰ ਚਿੱਠੀ ਲਿਖੀ, ਜਿਸ ਵਿੱਚ ਲਿਖਿਆ ਕਿ ਇੱਕ ਤਾਂ ਵਧੀਆ ਨਸਲ ਦਾ ਘੋੜਾ ਹਜ਼ੂਰ ਸਾਹਿਬ ਖਰੀਦ ਕੇ ਭੇਜਿਆ ਜਾਵੇ ਤੇ ਦੂਸਰਾ ਉੱਥੇ ਬਿਜਲੀ ਦਾ ਪ੍ਰਬੰਧ ਕਰਵਾਇਆ ਜਾਵੇ। ਜਦੋਂ ਇਹ ਚਿੱਠੀ ਨਾਭੇ ਦੇ ਰਾਜੇ ਰੁਕਦਮਨ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਪੜ੍ਹ ਕੇ ਤੁਰੰਤ 5,000 ਰੁਪਇਆ ਘੋੜੇ ਵਾਸਤੇ ਤੇ 45,000 ਰੁਪਇਆ ਬਿਜਲੀ ਦੇ ਪ੍ਰਬੰਧ ਵਾਸਤੇ ਦਿੱਤਾ। ਤੇ ਇਹ ਉੱਦਮ ਸੰਤ ਅਤਰ ਸਿੰਘ ਜੀ ਦੇ ਉੱਦਮ ਸਦਕਾ ਹੀ ਹੋਇਆ। ਸੰਗਤ ਜੀ 61 ਸਾਲ ਦੀ ਉਮਰ ਵਿੱਚ ਬਾਬਾ ਜੀ ਦੇ ਪੈਰ ਦੇ ਵਿੱਚ ਕੋਈ ਕੰਡਾ ਚੁਭ ਗਿਆ। ਉਹ ਕੰਡਾ ਇਹੋ ਜਿਹਾ ਚੁਭਿਆ ਤੇ ਇੰਨਾ ਵੱਡਾ ਜ਼ਖਮ ਹੋ ਗਿਆ, ਉਹ ਮੁੜ ਕੇ ਠੀਕ ਨਹੀਂ ਹੋਇਆ। ਤੇ 31 ਜਨਵਰੀ 1927 ਨੂੰ ਰਾਤ ਨੂੰ ਤਕਰੀਬਨ 1 ਵਜੇ ਨਬਜ ਹੌਲੀ ਹੌਲੀ ਹੁੰਦੀ ਹੋਈ ਬੰਦ ਹੋ ਗਈ ਤੇ ਇੱਕ ਸੇਵਾਦਾਰ ਨੇ ਦੱਸਿਆ ਸੀ ਕਿ ਉਸ ਸਮੇਂ ਇੱਕਦਮ ਚਾਨਣ ਹੋਇਆ। ਜਦੋਂ ਅਸੀਂ ਦਰਵਾਜ਼ਾ ਖੋਲ ਕੇ ਵੇਖਿਆ ਤਾਂ ਉਦੋਂ ਬਾਬਾ ਜੀ ਦੀ ਜੋਤੀ ਜੋਤ ਰਲ ਗਈ ਤੇ ਸੰਪੂਰਨ ਥੀ ਆਰਾਮ ਵਾਲੀ ਅਵਸਥਾ ਹੋ ਗਈ ਸੀ। ਕਹਿੰਦੇ ਬਾਬਾ ਜੀ ਦੇ ਦੁਸਹਿਰੇ ਦੇ ਦਿਨ 80 ਕੜਾਹੇ ਪ੍ਰਸ਼ਾਦ ਦੇ ਬਣੇ ਸਨ। ਇੰਨੀ ਜ਼ਿਆਦਾ ਸੰਗਤ ਸੀ, ਕਹਿੰਦੇ ਇੰਨੀ ਸੰਗਤ ਨਾ ਕਦੀ ਦੇਖੀ ਤੇ ਨਾ ਹੀ ਸ਼ਾਇਦ ਕਦੀ ਅਸੀਂ ਦੇਖਾਂਗੇ। ਸੰਗਤ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਸਾਨੂੰ ਵੀ ਮਹਾਂਪੁਰਸ਼ਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦਾ ਉਦਮ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਲੇ ਸੋ ਨਿਹਾਲ ਸਤਿ ਸ੍ਰੀ ਸ੍ਰੀ ਅਕਾਲ।